ਮੇਰੀ ਐਡਵਾਈਸ ਸਟਰੋਂਗਲੀ ਇਹ ਹੈ ਵੀ ਡੋਂਟ ਲੀਵ ਦਿਸ ਕੰਟਰੀ। ਇਮੀਗ੍ਰੇਸ਼ਨ ਵਾਲੇ ਨੇ ਸਲਾਹਾਂ ਦਿੰਦੇ ਨੇ ਈਵਨ ਸਟੂਡੈਂਟਸ ਨੂੰ ਕਿ ਤੁਸੀਂ ਜੀ ਕੋਈ ਨਾ ਕੋਈ ਇਹੋ ਜਿਹਾ ਉਲਟੀ ਸਿੱਧੀ ਜੀ ਪੋਲੀਟੀਕਲ ਹਰਕਤ ਆਪਣੀ ਐਸੋਸੀਏਸ਼ਨ ਦਿਖਾ ਕੇ ਇੱਥੇ ਅਸਾਈਲਮ ਲੈ ਲਓ ਅਤੇ ਕਹਿ ਦਿਓ ਕਿ ਸਾਨੂੰ ਉਸ ਕੰਟਰੀ 'ਚ ਖਤਰਾ। ਨੋਰਮਲੀ ਜਿਹੜੇ ਸਿਟੀਜ਼ਨਸ਼ਿਪ ਲੈਂਦੇ ਉਹਨਾਂ ਨੂੰ ਛੇੜਦੀ ਨਹੀਂ ਗੌਰਮੈਂਟ ਅਨਲੈਸ ਦੇਰ ਇਜ਼ ਅ ਵੈਰੀ ਐਗਰੀਜੀਅਸ ਕੇਸ। ਕਿ ਤੂੰ ਤਾਂ ਇਹ ਕਹਿ ਕੇ ਇੱਥੇ ਅਸਾਈਲਮ ਲਈ ਸੀ ਕਿ ਮੈਨੂੰ ਉੱਥੇ ਖਤਰਾ ਹੈ ਅਤੇ ਹੁਣ ਤੂੰ 7 ਚੱਕਰ ਉੱਥੇ ਮਾਰ ਚੁੱਕਿਆ ਅਤੇ ਉਸ ਤੋਂ ਬਾਅਦ ਉਹਦੀ ਪੀ ਆਰ ਜਿਹੜੀ ਹੈਗੀ ਆ ਉਹ ਖਤਮ ਹੋ ਗਈ। ਆਤਮਾ ਮਰੀ ਹੋਈ ਹੈ ਤੇ ਲਾਸ਼ਾਂ ਤੁਰੀਆਂ ਫਿਰਦੀਆਂ ਨੇ, ਇਹਨਾਂ ਦੀ ਕੋਈ ਜ਼ਮੀਰ ਥੋੜਾ ਇਹਨਾਂ ਦੀ ਮਿਸਗਾਈਡੈਂਸ ਜਿਹੜੀ ਹੈ ਨਾ ਉਹ ਇੰਨੀ ਕੁ ਜ਼ਿਆਦਾ ਆ। ਪੱਕੇ ਹੋਣਾ ਇੱਕ ਅਲਟੀਮੇਟ ਗੋਲ ਨਹੀਂ ਹੋਣਾ ਚਾਹੀਦਾ ਮੈਂ ਸੋਚਦੀ ਹਾਂ ਕਿਸੇ ਵਾਸਤੇ। ਕੋਈ ਨੈੱਟ ਕਿਤੇ ਜਾਲੀ ਲੱਗੀ ਹੈ ਅਤੇ ਉਹਦੇ 'ਚ ਕਈ ਮੱਛੀਆਂ ਫਸ ਜਾਂਦੀਆਂ, ਕਈ ਨਹੀਂ ਫਸਦੀਆਂ, ਕਿਸੇ ਤਰ੍ਹਾਂ ਕੁੜਕੀ ਲੱਗੀ ਹੈ ਉਹਦੇ 'ਚ ਕਈ ਕਈ ਫਸ ਜਾਂਦੇ ਨੇ ਅਤੇ ਕਈ ਬਚ ਵੀ ਜਾਂਦੇ ਨੇ। ਐਵੇਂ ਸਮਝਦੇ ਨੇ ਗਵਰਨਮੈਂਟ ਨੂੰ ਪਾਗਲ ਸਮਝਦੇ ਨੇ, ਗਵਰਨਮੈਂਟ ਇੰਨੀ ਸਾਦਾ ਨਹੀਂ ਹੈ, ਉਹ ਡਿਊ ਟੂ ਸਮ ਰੀਜ਼ਨ ਖਮੋਸ਼ ਹੈ, ਜਿਹਨੂੰ ਜਿੱਥੇ ਰੋਕਣਾ ਚਾਹੀਦਾ ਉਹ ਰੋਕ ਲੈਂਦੇ। ਟੋਲ ਸੀ ਵੈਸੇ ਕਿ ਵੀ ਮਤਲਬ ਮੈਨੂੰ ਰਿਪੋਰਟ ਕਰ ਦਿਓ ਵੀ ਆਈ ਡੋਨਟ ਇਵਨ ਵਾਂਟ ਟੂ ਲਿਵ ਹੇਅਰ। ਨਿਰਾਪੁਰਾ ਝੂਠ ਬੰਦੇ ਲਿਖਦੇ ਨੇ ਸਿਰਫ ਇਸ ਕਰਕੇ ਕਿ ਉਹ ਇਸ ਕੰਟਰੀ 'ਚ ਰਹਿਣਾ ਚਾਹੁੰਦੇ ਆ। ਮੈਨੂੰ ਸਮਝ ਨਹੀਂ ਲੱਗਦੀ ਸਰ ਉਹ ਬੰਦੇ ਕੀ ਲੋਲੀਪੌਪ ਦੇ ਦਿੰਦੇ ਆ ਕਿ ਬੰਦੇ ਇੱਥੇ ਰਹਿਣ ਨੂੰ ਮਜਬੂਰ ਹੋ ਜਾਂਦੇ ਆ। ਪਤਾ ਨਹੀਂ ਜੀ, ਕੁਛ ਸਾਡੇ ਲੋਕਾਂ ਦੀਆਂ ਪ੍ਰੋਬਲਮਸ ਨੇ, ਉੱਤੋਂ ਫਿਰ ਆ ਜਿਹੜੇ ਚੋਰ ਜਮਾਤ ਹੈ ਜਿਹੜੇ ਇਹ ਕੰਸਲਟੈਂਟ ਨੇ। ਮੈਂ ਕਿਹਾ ਤੂੰ ਇੰਡੀਆ ਨਹੀਂ ਜਾ ਸਕਦਾ, ਉਹ ਕਹਿੰਦਾ ਨਹੀਂ ਨੇਪਾਲ ਵੱਲ ਹੀ ਜਾ ਸਕਦੇ ਆਪਾਂ। ਇੱਕ ਵਾਰ ਝੂਠ ਬੋਲਿਆ ਤੇ ਝੂਠ ਬੋਲ ਕੇ ਨਹੀਂ ਸਰੇਗਾ, ਫਿਰ ਤੁਹਾਨੂੰ ਸਾਰੀ ਉਮਰ ਉਹ ਝੂਠ ਜਿਉਣਾ ਪਏਗਾ, ਝੂਠ ਵਾਰ ਵਾਰ ਬੋਲਣਾ ਪਏਗਾ। ਬੜੀ ਇੰਪੋਰਟੈਂਟ ਇਹ ਟੋਪਿਕ ਹੈ। ਪਿਛਲੇ ਦਿਨਾਂ 'ਚ ਅਸਲ 'ਚ ਇੱਕ ਰਿਪੋਰਟ ਇੱਕ ਬੰਦੇ ਬਾਰੇ ਆਈ ਜਿਹੜਾ ਕਿ ਤਕਰੀਬਨ 27 ਸਾਲ ਪਹਿਲਾਂ ਉਸਨੇ ਕੈਨੇਡਾ 'ਚ ਅਸਾਈਲਮ ਲਈ ਸੀ ਅਤੇ ਪਰਮਾਨੈਂਟ ਰੈਜੀਡੈਂਟ ਉਹ ਬਣ ਗਿਆ। ਅਤੇ ਇਹ ਬੰਦਾ ਚੈੱਕ ਰਿਪਬਲਿਕ 'ਚੋਂ ਆਇਆ ਸੀ, ਰੋਮਾ ਕਮਿਊਨਿਟੀ ਨਾਲ ਇਹ ਸੰਬੰਧਿਤ, ਅਤੇ ਅਸਾਈਲਮ ਉਸਦੀ ਸਵੀਕਾਰ ਹੋ ਗਈ ਅਤੇ ਉਹ ਪੀ ਆਰ ਬਣ ਗਿਆ। ਅਤੇ ਉਸ ਤੋਂ ਬਾਅਦ ਉਹ ਲਗਾਤਾਰ ਆਪਣੇ ਮੁਲਕ 'ਚ ਵਾਪਸ ਜਾਂਦਾ ਰਿਹਾ, ਮਲਟੀਪਲ ਟਾਈਮ ਹੋ ਗਿਆ, ਉੱਥੇ ਫੈਮਿਲੀ ਨੂੰ ਵਿਜ਼ਿਟ ਕੀਤਾ ਤਕਰੀਬਨ ਸ਼ਾਇਦ 7 ਵਾਰ। ਅਤੇ ਹੁਣ ਰੀਸੈਂਟਲੀ ਜਦੋਂ ਇਹ ਇੱਕ ਘਟਨਾ ਹੋਈ ਕਿ ਉਸਨੂੰ ਜਦੋਂ ਰੋਕਿਆ ਗਿਆ ਅਤੇ ਸਾਰੀ ਕਹਾਣੀ ਸਾਹਮਣੇ ਆਈ ਤਾਂ ਉਸਦੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਆ ਉਹ ਚਲੇ ਗਈ ਅਤੇ ਉਸਨੂੰ ਮੁਲਕ 'ਚ ਟੈਂਪਰੇਰੀ ਤੌਰ ਦੇ ਉੱਤੇ ਰਹਿਣ 'ਤੇ ਪਾਬੰਦੀ ਲੱਗ ਗਈ ਅਤੇ ਕਿਸੇ ਵੀ ਆਧਾਰ ਦੇ ਉੱਤੇ। ਅਤੇ ਇਸ ਤਰ੍ਹਾਂ ਦੀ ਕ੍ਰਾਈਸਿਸ ਦੇ ਵਿੱਚ ਉਹ ਇੰਨੇ ਸਾਲਾਂ ਬਾਅਦ ਫਸ ਗਿਆ। ਹੁਣ ਉਹਦੇ ਵਕੀਲਾਂ ਵੱਲੋਂ ਕੌਂਸਟੀਟਿਊਸ਼ਨਲ ਚੈਲੰਜ ਕੋਰਟ 'ਚ ਲਾ ਚੈਲੰਜ ਇਹਨੂੰ ਕੀਤਾ ਗਿਆ, ਪਰ ਉਸ ਦੀ ਜਿਹੜੀ ਆਰਗੂਮੈਂਟ ਹੈ ਕਾਫੀ ਕਮਜ਼ੋਰ ਲੱਗ ਰਹੀ ਹੈ। ਅਤੇ ਇਹਨੇ ਇੱਕ ਬੜਾ ਵੱਡਾ ਇਸ਼ੂ ਸਾਹਮਣੇ ਲਿਆਂਦਾ ਇਸ ਕੇਸ ਨੇ, ਔਰ ਇਕੱਲਾ ਇਹ ਨਹੀਂ ਹੈ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੇਸ ਹੁੰਦੇ ਨੇ ਜਿਹੜੇ ਆਮ ਕਰਕੇ ਵੈਸੇ ਅਸੀਂ ਰਿਪੋਰਟ ਨਹੀਂ ਹੁੰਦੇ ਜਾਂ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ, ਕਿ ਜਦੋਂ ਇਸ ਤਰ੍ਹਾਂ ਦੇ ਕਿਸੇ ਗਲਤ ਆਧਾਰ ਦੇ ਉੱਤੇ ਅਸਾਈਲਮ ਲਈ ਜਾਂਦੀ ਹੈ ਤਾਂ ਉਹ ਕਿਸੇ ਵੇਲੇ ਵੀ ਥੋਰੈਟੀਕਲੀ ਤੁਹਾਨੂੰ ਪ੍ਰੋਬਲਮ ਬਣ ਸਕਦੀ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਈਵਨ ਜੇ ਥੋਰੈਟੀਕਲੀ ਦੇਖੀਏ ਤਾਂ ਚੈਲੰਜ 'ਤੇ ਤੁਹਾਡੀ ਸਿਟੀਜ਼ਨਸ਼ਿਪ ਵੀ ਹੋ ਸਕਦੀ ਹੈ ਬਾਅਦ ਦੇ 'ਚ। ਅਤੇ ਖੈਰ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਜਿਹੜੇ ਲੀਗਲ ਮਾਹਰ ਨੇ ਉਹ ਕੀ ਕਹਿੰਦੇ ਨੇ। ਸਾਡੇ ਨਾਲ ਜਸਵੰਤ ਮਾਂਗੜ ਸਾਹਿਬ ਨੇ, ਜਾਣੇ ਪਛਾਣੇ ਇਮੀਗ੍ਰੇਸ਼ਨ ਲੋਇਰ ਨੇ,
ਉਹਨਾਂ ਨਾਲ ਅਸੀਂ ਇਸ ਪੱਖ ਤੋਂ ਗੱਲਬਾਤ ਕਰਨੀ ਹੈ। ਮਾਂਗਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਵਾਗਤ। ਧੰਨਵਾਦ ਜੀ। ਅਤੇ ਮਾਂਗਟ ਸਾਹਿਬ, ਇਹ ਜਿਹੜੀ ਮੈਂ ਇੱਕ ਕਹਾਣੀ, ਇੱਕ ਰਿਪੋਰਟ, ਕਿਉਂਕਿ ਰੀਸੈਂਟਲੀ ਆਈ ਹੈ, 27 ਸਾਲ ਬਾਅਦ PR ਬੰਦੇ ਦੀ ਰੱਦ ਹੋਈ, ਅਤੇ ਇਹ ਥੋੜ੍ਹਾ ਐਕਸਪਲੇਨ ਕਰੋਗੇ ਕਿ, ਕਿਉਂਕਿ ਇਹ ਤਾਂ ਬੜਾ ਕਾਮਨ ਹੈ, ਲੋਕ ਇਹ ਮੰਨਦੇ ਨੇ ਕਿ ਜੀ ਅਸਾਈਲਮ ਕਲੇਮ ਫਾਈਲ ਕਰ ਲਈ ਤਾਂ ਕੁਛ ਝੂਠ ਹੀ ਬੋਲਣਾ ਹੁੰਦਾ, ਆਪਣੇ ਤਾਂ ਸਮਾਜ 'ਚ ਇਹ ਨੋਰਮਲਾਈਜ਼ ਹੋ ਗਈ ਹੈ ਚੀਜ਼, ਕਿ ਤੁਸੀਂ ਕੁਛ ਵੀ ਕਹਿ ਦਿਓ ਕਿ ਮੈਨੂੰ ਖਤਰਾ, ਮੇਰੀ ਜਾਨ ਨੂੰ ਖਤਰਾ, ਮੇਰਾ ਕੋਈ ਝਗੜਾ, ਮੈਨੂੰ ਕੋਈ ਪੁਲਿਸ ਪਿੱਛੇ ਪਈ ਹੈ, ਅਤੇ ਮੇਰੀ ਲਾਈਫ ਉੱਥੇ ਸੇਫ ਨਹੀਂ ਹੈ, ਅਤੇ ਇੱਥੇ ਤੁਹਾਨੂੰ ਇਹਦੇ ਨਾਲ ਅਸਾਈਲਮ ਮਿਲ ਜਾਣੀ ਹੈ, ਅਤੇ ਬਾਅਦ 'ਚ PR ਮਿਲ ਜਾਣੀ, ਤੁਸੀਂ ਪੱਕੇ ਹੋ ਜਾਣਾ। ਸੁਨੀਲ ਜੀ, ਅਸਲ 'ਚ ਮੈਮ ਵੀ ਦੋ ਕਿਸਮ ਦੀ ਜਿਹੜੀ ਹੈ ਅਸਾਈਲਮ, ਇੱਕ ਤਾਂ ਅਸਾਈਲਮ ਹੈ ਪ੍ਰੋਟੈਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਹੈ ਰਿਫਿਊਜੀ ਸਟੈਟਸ। ਹਾਂਜੀ, ਕਈ ਬੰਦੇ ਕਨਫਿਊਜ਼ਡ ਹੈ ਇਹ ਦੋ ਕੈਟੇਗਰੀਆਂ, ਪਰ ਆਪਾਂ ਕਲੋਕੀਅਲ ਲੈਂਗੁਏਜ 'ਚ ਜਾਂ ਆਪਣੇ ਸਧਾਰਨ ਕਹਿੰਦੇ ਜੀ ਰਿਫਿਊਜੀ ਸਟੈਟਸ ਮਿਲ ਗਿਆ। ਪਰ ਜੇ ਕੋਈ ਬੰਦਾ ਉਹ ਰਿਫਿਊਜੀ ਸਟੈਟਸ ਮਿਸਰੈਪ੍ਰਜੈਂਟ ਕਰਕੇ ਗਲਤ ਫੈਕਟਸ ਦੇ ਉੱਤੇ ਲੈਂਦਾ, ਅਤੇ ਉਸ ਤੋਂ ਬਾਅਦ ਭਾਵੇਂ ਉਹ ਰਿਫਿਊਜੀ ਸਟੈਟਸ ਦੇ ਵਿੱਚ ਹੋਵੇ, ਜਿਹੜੀ ਐਕਸੈਪਟ ਹੋਈ ਹੋਵੇ ਉਹਦੀ ਜਿਹੜੀ ਐਪਲੀਕੇਸ਼ਨ ਹੈ, ਜਾਂ ਉਸ ਤੋਂ ਬਾਅਦ ਜੇ ਉਹ ਪਰਮਾਨੈਂਟ ਰੈਜੀਡੈਂਟ ਬਣ ਵੀ ਗਿਆ, ਤਾਂ ਜੇ ਗੌਰਮੈਂਟ ਕੋਲ ਕੋਈ ਐਵੀਡੈਂਸ ਮਿਲ ਜਾਂਦਾ ਹੈ ਇੱਥੇ ਦੀ CBSA ਨੂੰ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ, ਉਹਨੂੰ ਇਨਵੈਸਟੀਗੇਟ ਕਰ ਸਕਦੇ ਆ, ਅਤੇ ਉਸਦਾ ਉਹ ਐਪਲੀਕੇਸ਼ਨ ਦੇ ਕੇ ਉਹਦਾ ਜਿਹੜਾ ਸਟੈਟਸ ਹੈ ਰਿਫਿਊਜੀ ਸਟੈਟਸ ਵੀ ਰਿਵੋਕ ਕਰ ਸਕਦੇ ਆ। ਜੇ ਪਰਮਾਨੈਂਟ ਰੈਜੀਡੈਂਟ ਹੈ ਤਾਂ ਉਹਦੀ ਪਰਮਾਨੈਂਟ ਰੈਜੀਡੈਂਸੀ ਵੀ ਜਾ ਸਕਦੀ ਹੈ। ਇੱਥੋਂ ਤੱਕ ਜੇ ਬੰਦਾ ਕੈਨੇਡੀਅਨ ਸਿਟੀਜ਼ਨ ਵੀ ਬਣ ਜਾਏ, ਜੇ ਉਸ ਤੋਂ ਬਾਅਦ ਵੀ ਮਿਸਰੈਪ੍ਰਜੈਂਟੇਸ਼ਨ ਨਾਲ ਜੇ ਉਸਨੇ ਸਟੈਟਸ ਲਿਆ ਜਾਂ ਸਿਟੀਜ਼ਨਸ਼ਿਪ ਵੇਲੇ ਉਹਨੇ ਕੋਈ ਐਸਾ ਕੰਮ ਕੀਤਾ ਜਿਹੜਾ ਕਿ ਜਿਸ ਤਰ੍ਹਾਂ ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਜਾਂ ਸਿਟੀਜ਼ਨਸ਼ਿਪ ਜਦੋਂ ਉਹ ਐਪਲੀਕੇਸ਼ਨ ਚੱਲ ਰਹੀ ਹੈ, ਜਦੋਂ ਤੱਕ ਉਹਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ, ਫਰਜ਼ ਕੀਤਾ ਉਹਨੇ ਆਪਣੀ ਕੰਟਰੀ ਦਾ, ਜਿੱਥੇ ਜੇ ਇੰਡੀਆ ਦਾ ਹੈ ਫਰਜ਼ ਕਰ ਲਓ, ਉਹਨੇ ਜੇ ਉਹ ਪਾਸਪੋਰਟ ਨਵਾਂ ਲਿਆ ਉਸ ਕੰਟਰੀ ਦਾ, ਜਾਂ ਉਹਨੇ ਰਿਨਿਊ ਕਰਾਇਆ ਆਪਣਾ ਇੰਡੀਅਨ ਪਾਸਪੋਰਟ, ਉਹ ਵੀ ਇੱਕ ਮਿਸਰੈਪ੍ਰਜੈਂਟੇਸ਼ਨ ਨਾਲ ਉਸਨੇ ਸਿਟੀਜ਼ਨਸ਼ਿਪ ਲਈ ਹੈ, ਈਵਨ ਗੌਰਮੈਂਟ ਜਿਹੜੀ ਹੈ ਉਸ ਸਿਟੀਜ਼ਨਸ਼ਿਪ ਨੂੰ ਵੀ ਰਿਵੋਕ ਕਰ ਸਕਦੀ ਹੈ। ਲੇਕਿਨ ਉਹਦਾ ਪ੍ਰੋਸੈਸ ਜਿਹੜਾ ਹੈ ਨੋਰਮਲੀ, ਕਿਉਂਕਿ ਉਹਦੇ 'ਚ ਜਿਹੜੀਆਂ ਗਰਾਊਂਡਸ ਨੇ ਉਹ ਹੈਗੀਆਂ ਸਮਝ ਲਓ ਵੀ ਫਰਾਡ, ਮਿਸਰੈਪ੍ਰਜੈਂਟੇਸ਼ਨ, ਫਾਲਸ ਮਿਸਰੈਪ੍ਰਜੈਂਟੇਸ਼ਨ, ਅਤੇ ਨੋਇੰਗਲੀ ਜਿਹੜਾ ਹੈ ਆਪਣੀ ਜਿਹੜੀ ਕੰਸੀਲਮੈਂਟ ਆਫ ਫੈਕਟਸ ਹੈ ਉਹਦੇ ਹੇਠਾਂ, ਜੇ ਉਹ ਚਾਹੁਣ ਤਾਂ ਮਿਨਿਸਟਰ ਜਿਹੜਾ ਹੈ ਉਹਦੇ ਕੋਲ ਪਾਵਰਸ ਨੇ, ਇਹ ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਇਹਨੂੰ 1917 ਦੇ ਵਿੱਚ ਅਮੈਂਡ ਕੀਤਾ ਸੀ ਜਦੋਂ ਹਾਰਪਰ ਗਵਰਨਮੈਂਟ ਸੀ, 2000 ਤਾਂ, ਹਾਂਜੀ 2017 ਚ ਨਹੀਂ, ਫਿਰ ਮਤਲਬ ਹਾਰਪਰ ਗਵਰਨਮੈਂਟ ਤਾਂ ਖੈਰ ਉਸ ਤੋਂ ਪਹਿਲਾਂ ਹੀ ਸੀ। ਠੀਕ ਹੈ, ਗੱਲ ਤੁਸੀਂ, ਹਾਂ ਉਸ ਵੇਲੇ ਕੀਤਾ ਸੀ, ਅਤੇ ਉਸ ਤੋਂ ਬਾਅਦ ਇਹ ਆ ਵੀ ਵੈਸੇ ਡਿਪਾਰਟਮੈਂਟਲ ਪੋਲਿਸੀ ਜਿਹੜੀ ਹੈ ਇਸ ਵੇਲੇ ਕਰੰਟ ਹੈਗੀ, ਨੋਰਮਲੀ ਜਿਹੜੇ ਸਿਟੀਜ਼ਨਸ਼ਿਪ ਲੈਂਦੇ ਉਹਨਾਂ ਨੂੰ ਛੇੜਦੀ ਨਹੀਂ ਗੌਰਮੈਂਟ, ਅਨਲੈਸ ਦੇਰ ਇਜ਼ ਅ ਵੈਰੀ ਐਗਰੀਜੀਅਸ ਕੇਸ, ਕਿਸੇ ਨੇ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਹੋਵੇ, ਉਹਨਾਂ 'ਚ ਗੌਰਮੈਂਟ ਜਿਹੜੀ ਆ ਉਹਦੀ ਸਿਟੀਜ਼ਨਸ਼ਿਪ ਕਿਸੇ ਦੀ ਰਿਵੋਕ ਨਹੀਂ ਕਰਦੀ ਹੈ। ਮੰਗਲ ਸਾਹਿਬ, ਜਿਹੜੇ ਮੈਂ ਕੇਸ ਦਾ ਰੈਫਰੈਂਸ ਦਿੱਤਾ ਸੀ, ਮੈਂ ਜਿਹੜੇ ਕੇਸ ਦਾ ਰੈਫਰੈਂਸ ਦਿੱਤਾ ਸੀ, ਸੋਰੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਉਸ ਕੇਸ ਦੇ ਵਿੱਚ ਉਸ ਬੰਦੇ ਨੂੰ ਇਹਦੇ ਖਿਲਾਫ ਇਸ ਆਧਾਰ 'ਤੇ ਕਾਰਵਾਈ ਹੋ ਗਈ ਕਿ ਉਹ ਵਾਰ ਵਾਰ ਆਪਣੇ ਕੰਟਰੀ ਵਾਪਸ ਜਾ ਰਿਹਾ ਹੈ, ਅਤੇ ਇਹ ਤਾਂ ਬਹੁਤ ਨੋਰਮਲ ਹੈ, ਜਿਨ੍ਹਾਂ ਬੰਦਿਆਂ ਨੇ ਇੱਦਾਂ ਰਿਫਿਊਜੀ ਕਲੇਮ ਕਰਕੇ ਇੱਥੋਂ ਦੀ ਸਿਟੀਜ਼ਨਸ਼ਿਪ ਲਈ ਹੈ, ਅਤੇ ਉਹ ਬੜੇ ਆਮ ਹੀ ਜਾਂਦੇ ਨੇ ਵਾਪਸ।
ਨਹੀਂ, ਕਸ਼ਮੀਰ ਚ ਜੋ ਹੋਣਾ ਉਹ ਜਦੋਂ ਇਮੀਗ੍ਰੇਸ਼ਨ ਜਦੋਂ ਰਿਫਿਊਜੀ ਕਲੇਮ ਕਰਦੇ ਆ ਜਾਂ ਪ੍ਰੋਟੈਕਸ਼ਨ ਇਸ ਕੰਟਰੀ ਕਲੇਮ ਕਰਦੇ ਆ, ਉਸ ਵੇਲੇ ਉਹ ਰੈਪ੍ਰਜੈਂਟ ਕਰਦੇ ਆ ਵੀ ਸਾਨੂੰ ਜਿਹੜੀ ਸਾਡੀ ਕੰਟਰੀ ਆਫ ਓਰੀਜਨ ਹੈ ਉੱਥੇ ਖਤਰਾ। ਜੇ ਫਰਜ਼ ਕਰ ਲਓ ਉਹ ਵੋਲੰਟੈਰਲੀ ਰੀਅਵੇਅਰਮੈਂਟ ਕਹਿੰਦੇ ਆ ਇਸਨੂੰ, ਜਿਹੜਾ ਟੈਕਨੀਕਲ ਵਰਡ ਹੈ, ਜੇ ਉਹ ਰੀਅਵੇਅਰ ਕਰਦੇ ਆ ਉਹਦੀ ਉਸੇ ਕੰਟਰੀ ਦੀ ਪ੍ਰੋਟੈਕਸ਼ਨ, ਉਹਨਾਂ ਦਾ ਜਿਹੜਾ ਰਿਫਿਊਜੀ ਸਟੈਟਸ ਵੀ, ਉਹਨਾਂ ਦਾ ਜਿਹੜਾ ਹੈ ਲੈਂਡਡ ਇਮੀਗ੍ਰੈਂਟ ਸਟੈਟਸ ਜਿਹੜਾ ਹੈ ਉਹ ਰਿਵੋਕ ਕੀਤਾ ਜਾ ਸਕਦਾ। ਜੀ ਤਿੰਨ ਚਾਰ ਚਾਰ ਪੰਜ ਗਰਾਊਂਡਸ ਨੇ ਜਿਹਦੇ ਉੱਤੇ ਰੈਵੋਕੇਸ਼ਨ ਹੁੰਦੀ ਆ। ਇੱਕ ਤਾਂ ਇਹ ਆ ਵੀ ਰੀਅਵੇਅਰਮੈਂਟ, ਜਦੋਂ ਕੋਈ ਕਿਸੇ ਨੇ ਫਰਜ਼ ਕੀਤਾ ਇੰਡੀਆ ਦਾ ਪਾਸਪੋਰਟ ਯੂਜ ਕਰ ਲਿਆ, ਨਵਾਂ ਬਣਾ ਲਿਆ, ਜਾਂ ਉਹਨੂੰ ਇੰਡੀਅਨ ਪਾਸਪੋਰਟ ਨੂੰ ਉਹਨੇ ਰਿਨਿਊ ਕਰਾ ਲਿਆ, ਉਹਦੀ ਪ੍ਰਜ਼ੰਪਸ਼ਨ ਹੈ, ਲੀਗਲ ਪ੍ਰਜ਼ੰਪਸ਼ਨ ਇਹ ਹੈ ਵੀ ਉਸਨੇ ਉਸ ਕੰਟਰੀ ਦੀ ਜਿਹੜੀ ਪ੍ਰੋਟੈਕਸ਼ਨ ਹੈ ਦੁਬਾਰਾ ਲੈ ਲਈ। ਜੇ ਉਹਨੇ ਪ੍ਰੋਟੈਕਸ਼ਨ ਲੈ ਲਈ ਇਹਦਾ ਮਤਲਬ ਹੈ ਜਿਸ ਗਰਾਊਂਡ ਦੇ ਉੱਤੇ ਉਸਨੂੰ ਜਿਹੜਾ ਰਿਫਿਊਜੀ ਕਲੇਮ ਉਹਦਾ ਐਕਸੈਪਟ ਹੋਇਆ ਸੀ ਜਾਂ ਉਹਨੂੰ ਪ੍ਰੋਟੈਕਸ਼ਨ ਮਿਲੀ ਸੀਗੀ, ਉਹ ਜਿਹੜੀਆਂ ਗਰਾਊਂਡਸ ਨੇ ਉਹ ਹੁਣ ਨਹੀਂ ਰਹੀਆਂ। ਇਸ ਕਰਕੇ ਉਹ ਬੰਦਾ ਕੰਫਰਟੇਬਲ ਫੀਲ ਕਰਦਾ ਵੀ ਮੈਂ ਆਪਣੀ ਕੰਟਰੀ 'ਚ ਵਾਪਸ ਜਾ ਸਕਦਾ। ਇਸ ਕਰਕੇ ਇਸ ਗਰਾਊਂਡ ਦੇ ਉੱਤੇ ਜਿਹੜਾ ਹੈ ਇੱਕ ਤਾਂ ਇਹ ਜਿਹੜੀ ਹੈ ਰਿਵੋਕ ਹੋ ਸਕਦੀ ਹੈ। ਜਦੋਂ ਬਹੁਤ ਸਾਰੇ ਬੰਦੇ ਜਾਂਦੇ ਇੰਡੀਆ 'ਚ ਸਿਟੀਜ਼ਨਸ਼ਿਪ ਮਿਲਣ ਤੋਂ ਪਹਿਲਾਂ, ਬੇਸਿਕਲੀ ਇੰਡੀਆ ਦਾ ਪਾਸਪੋਰਟ ਯੂਜ਼ ਕਰਦੇ ਆ ਜਾਂ ਇੰਡੀਆ ਦਾ ਪਾਸਪੋਰਟ ਰਿਨਿਊ ਕਰਦੇ ਆ, ਉਹਨਾਂ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਇੱਥੇ ਫਿਰ ਰਹਿਣਾ। ਜੇ ਪਤਾ ਲੱਗ ਗਿਆ ਗੌਰਮੈਂਟ ਨੂੰ ਬਹੁਤ ਸਾਰੇ ਕੇਸ ਜਿਹੜੇ ਆ ਉਹਦੇ ਵਿੱਚ ਉਹਨਾਂ ਦੀ ਜਿਹੜਾ ਸਟੈਟਸ ਔਰ ਵੋਕ ਵੀ ਹੋ ਸਕਦਾ, ਚਾਹੇ ਉਹ ਰਿਫਿਊਜੀ ਸਟੈਟਸ ਹੈ ਚਾਹੇ ਉਹਨਾਂ ਦਾ ਪਰਮਾਨੈਂਟ ਰੈਜੀਡੈਂਸ ਇੱਥੇ ਮਿਲਿਆ ਹੋਇਆ। ਕਈ ਬੰਦੇ ਇਹ ਹੈ ਵੀ ਇੱਥੋਂ ਚਲੇ ਜਾਂਦੇ ਆ, ਫਰਜ਼ ਕੀਤਾ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸ ਮਿਲ ਗਿਆ, ਉਸ ਤੋਂ ਬਾਅਦ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਉੱਥੇ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਆ, ਲੇਕਿਨ ਨਾਲੋ ਨਾਲ ਉਹ ਪੁਰਾਣਾ ਪਾਸਪੋਰਟ ਯੂਜ਼ ਕਰਕੇ ਕਿਸੇ ਵਜ੍ਹਾ ਨਾਲ ਇੰਡੀਆ ਕੈਨੇਡਾ 'ਚ ਫਿਰ ਆਉਂਦੇ ਆ ਵਾਪਸ, ਉਹਨਾਂ ਦੀ ਵੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਰਿਵੋਕ ਕੀਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਨੇ ਨਵੀਂ ਨੈਸ਼ਨੈਲਿਟੀ ਜਿਹੜੀ ਆ ਉਹ ਲੈ ਲਈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗਰਾਊਂਡਸ ਨੇ ਜਿਹਦੇ ਬੇਸਿਸ ਦੇ ਉੱਤੇ ਇਹ ਹੋ ਸਕਦਾ ਹੈ ਇਹ, ਕਿਉਂਕਿ ਜੇ ਤੁਸੀਂ ਵਾਪਸ ਆਪਣੀ ਕੰਟਰੀ ਜਾਂਦੇ ਹੋ ਇਹਦਾ ਮਤਲਬ ਤੁਹਾਨੂੰ ਕੋਈ ਖਤਰਾ ਨਹੀਂ ਹੈ। ਜਿਸ ਗਰਾਊਂਡ ਦੇ ਉੱਤੇ ਤੁਸੀਂ ਰਿਫਿਊਜੀ ਸਟੈਟਸ ਲਿਆ ਸੀ ਇਹ ਪ੍ਰੋਟੈਕਸ਼ਨ ਲਈ ਸੀ, ਦਿਸ ਨੋ ਮੋਰ ਐਗਜ਼ਿਸਟ। ਔਰ ਇਹ ਗੱਲ ਮੇਰੇ ਖਿਆਲ ਹੈ ਮਾਂਗੜ ਸਾਹਿਬ ਇਸ ਕਰਕੇ ਵੀ ਜ਼ਿਆਦਾ ਰੈਲੇਵੈਂਟ ਹੈ, ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਨੇ ਸਲਾਹਾਂ ਦਿੰਦੇ ਨੇ, ਈਵਨ ਸਟੂਡੈਂਟਸ ਨੂੰ, ਕਿ ਤੁਸੀਂ ਜੀ ਕੋਈ ਨਾ ਕੋਈ ਇਹੋ ਜਿਹਾ ਉਲਟੀ ਸਿੱਧੀ ਜੀ ਪੋਲੀਟੀਕਲ ਹਰਕ ਆਪਣੀ ਐਸੋਸੀਏਸ਼ਨ ਦਿਖਾ ਕੇ ਇੱਥੇ ਅਸਾਈਲਮ ਲੈ ਲਓ ਅਤੇ ਕਹਿ ਦਿਓ ਕਿ ਸਾਨੂੰ ਉਸ ਕੰਟਰੀ 'ਚ ਖਤਰਾ, ਅਤੇ ਇਹ ਤਾਂ ਫਿਰ ਬਹੁਤ ਬੁਰੇ ਟ੍ਰੈਪ 'ਚ ਫਸ ਰਹੇ ਨੇ ਲੋਕ, ਕਿਉਂਕਿ ਜੇ ਸਰਕਾਰ ਚਾਹੇ ਤਾਂ ਈਵਨ ਤੁਹਾਡੀ ਇਸ ਆਰਗੂਮੈਂਟ ਦੇ ਮੁਤਾਬਕ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਵੀ ਕਿਸੇ ਦੀ ਸਿਟੀਜ਼ਨਸ਼ਿਪ ਰਿਵੋਕ ਹੋ ਸਕਦੀ ਹੈ ਜੇ ਪਤਾ ਲੱਗ ਜਾਏ ਕਿ ਇਹਨੇ ਝੂਠ ਬੋਲ ਕੇ ਲਈ ਹੋਈ। ਐਬਸੋਲੂਟਲੀ, ਜੇ ਇਹ ਹੋ ਸਕਦਾ ਇਨ ਥੀਰੀ ਦਿਸ ਇਜ਼ ਟਰੂ, ਲੇਕਿਨ ਇਹ ਹੈ ਵੀ ਗੌਰਮੈਂਟ ਦੀ ਜਿਹੜੀ ਪੋਲਿਸੀ ਹੈ ਨਾ ਇਸ ਵੇਲੇ ਜਿਹੜੀ ਫੈਡਰਲ ਗੌਰਮੈਂਟ ਹੈ ਉਹਦੀ ਮਿਨਿਸਟਰੀਅਲ ਪੋਲਿਸੀ ਇਹ ਹੈ ਵੀ ਛੇਤੀ ਕਰਕੇ ਉਹ ਸਿਟੀਜ਼ਨਸ਼ਿਪ ਜਿਹੜਾ ਬਣ ਗਿਆ ਜਿਹੜਾ ਜਿਹਨੇ ਸਿਟੀਜ਼ਨਸ਼ਿਪ ਲੈ ਲਈ ਕੈਨੇਡਾ ਦੀ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ, ਉਹਦਾ ਸਟੈਟਸ ਰਿਵੋਕ ਨਹੀਂ ਕਰਦੇ ਹਨ। ਸੋ ਜੇ ਕਿਸੇ ਨੇ ਰਿਫਿਊਜੀ ਸਟੈਟਸ ਇੱਥੇ ਲੈ ਵੀ ਲਿਆ
ਚਾਹੇ ਉਹ ਕਨਵੈਨਸ਼ਨ ਦੇ ਹੇਠਾਂ ਐਜ਼ ਏ ਰਿਫਿਊਜੀ ਲੈ ਰਿਹਾ ਜਾਂ ਪ੍ਰੋਟੈਕਸ਼ਨ ਜਿਹੜਾ ਪ੍ਰੋਵੀਜ਼ਨ ਆ ਉਹਦੇ ਹੇਠਾਂ ਅਸਾਇਰਮ ਦੇ ਹੇਠਾਂ ਲੈ ਰਿਹਾ, ਤਾਂ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਉਹ ਸਿਟੀਜ਼ਨ ਨਹੀਂ ਬਣ ਜਾਂਦੇ ਕੈਨੇਡਾ ਦੇ, ਉਹਨਾਂ ਚਿਰ ਇੱਥੋਂ ਬਿਲਕੁਲ ਨਹੀਂ ਜਾਣਾ ਚਾਹੀਦਾ। ਜੇ ਵਾਪਸ ਜਾਣਾ ਚਾਹੁੰਦੇ ਆਪਣੀ ਕੰਟਰੀ 'ਚ, ਇੰਡੀਆ 'ਚ ਜਾਂ ਕਿਤੇ ਹੋਰ ਜਾਣਾ ਚਾਹੁੰਦੇ ਜਿੱਥੇ ਦੇ ਉਹ ਸਿਟੀਜ਼ਨ ਹੈ, ਸਿਟੀਜ਼ਨ ਸੀ, ਉੱਥੇ ਉਨ੍ਹਾਂ ਚਿਰ ਨਹੀਂ ਜਾਣਾ ਚਾਹੀਦਾ ਜਿੰਨਾ ਚਿਰ ਇੱਥੇ ਕਨੇਡੀਅਨ ਸਿਟੀਜ਼ਨਸ਼ਿਪ ਤੁਹਾਨੂੰ ਨਹੀਂ ਮਿਲ ਜਾਂਦੀ। ਔਰ ਉਸ ਤੋਂ ਬਾਅਦ ਵੀ ਕੇਅਰਫੁਲ ਰਹਿਣਾ ਚਾਹੀਦਾ ਜੇ ਕਿਸੇ ਕਿਸਮ ਦੀ ਮਿਸ, ਜਿਹੜੀ ਤੁਹਾਡਾ ਕੁਐਸਚਨ ਹੈ ਨਾ ਬਈ ਮਿਸਰੈਪ੍ਰਜੈਂਟ, ਦਿਸ ਇਜ਼ ਅਨਫਾਰਚੂਨੇਟ। ਇਹ ਇੱਕ ਜਿਵੇਂ ਹੁਣ ਨਵਾਂ ਟ੍ਰੈਂਡ ਇਹ ਹੈ ਵੀ ਜੇ ਅਸੀਂ ਤਾਂ ਗੇ ਹਾਂ ਅਸੀਂ ਲੈਸਬੀਅਨ ਆ ਪ੍ਰੋਟੈਕਸ਼ਨ ਵਾਸਤੇ ਅਪਲਾਈ ਕਰ ਦਿੰਦੇ ਆ, ਸੀ ਚ ਬੋਲਦੇ ਆ ਝੂਠ ਆ, ਉਹ ਨਾ ਗੇ ਹੁੰਦੇ ਆ ਨਾ ਲੈਸਬੀਅਨ ਹੁੰਦੇ ਆ, ਬਹੁਤ ਸਾਰੇ ਕੇਸਿਸ ਇਸ ਵੇਲੇ ਚੱਲ ਰਹੇ ਆ। ਜਾਂ ਉੱਥੇ ਉਹ ਲੈ ਲੈਂਦੇ ਝੂਠੀਆਂ ਚਿੱਠੀਆਂ ਪੋਲੀਟੀਸ਼ਨਾਂ ਤੋਂ ਇੰਡੀਆ 'ਚ, ਪੁਲਿਸ ਦੀਆਂ ਜਿਹੜੀਆਂ ਰਿਪੋਰਟਾਂ ਲੈ ਰਹੇ ਝੂਠੀਆਂ, ਉਸ ਤੋਂ ਬਾਅਦ ਉਹ ਕਰ ਦਿੰਦੇ। ਲੇਕਿਨ ਜੇ ਗੌਰਮੈਂਟ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਵੀ ਉਹਨਾਂ ਨੇ ਮਿਸਰੈਪ੍ਰਜੈਂਟ ਕਰਕੇ ਅਸਾਇਲਮ ਜਿਹੜੀ ਲਈ ਆ ਜਾਂ ਉਹਨਾਂ ਨੇ ਰਿਫਿਊਜੀ ਸਟੈਟਸ ਲਿਆ, ਤਾਂ ਉਹਨਾਂ ਦਾ ਸਟੈਟਸ ਜਿਹੜਾ ਰਿਵੋਕ ਹੋ ਸਕਦਾ, ਉਹਨਾਂ ਦੀ ਪਰਮਾਨੈਂਟ ਰੈਜੀਡੈਂਸੀ ਹੈ ਜਿਹੜੀ ਜਾ ਸਕਦੀ ਹੈ। ਹੁਣ ਬਹੁਤ ਸਾਰੇ ਕੇਸਾਂ 'ਚ ਇਹ ਹੁੰਦਾ ਸੀ, ਉਹਦੇ 'ਚ ਕੀ ਹੈ ਜਦੋਂ ਗੌਰਮੈਂਟ CBSA ਨੋਰਮਲੀ ਚਿੱਠੀ ਭੇਜਦੀ ਹੈ ਤਾਂ ਉਹ ਫੇਅਰਨੈਸ ਲੈਟਰ ਵੀ ਨਾਲ ਭੇਜਦੇ ਆ, ਉਹ ਦੱਸਦੇ ਆ ਵੀ ਇਸ ਗਰਾਊਂਡ ਦੇ ਉੱਤੇ ਤੂੰ ਇੰਡੀਆ ਗਿਆ ਸੀ, ਤੈਂ ਪਾਸਪੋਰਟ ਜਿਹੜਾ ਸੀ ਇੰਡੀਆ ਦਾ ਯੂਜ਼ ਕੀਤਾ, ਅੱਛਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜਿਹੜੀ ਆ ਉਹਨੂੰ ਚਾਂਸ ਦਿੰਦੇ ਆ। ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈ ਜਾਂ CBSA ਆਫਿਸਰ ਜਿਹੜਾ ਵੀ ਉਹਨੂੰ ਇੰਟਰਵਿਊ ਕਰਦਾ, ਉਹਦੇ ਕੋਲ ਪਾਵਰਸ ਹੈਗੀਆਂ ਪਰ ਲਿਮਿਟਿਡ ਪਾਵਰਸ ਹੈ। ਜੇ ਉਹ ਚਾਹੇ ਤਾਂ ਹਿਊਮੈਨੀਟੇਰੀਅਨ ਐਂਡ ਕੰਪੈਸ਼ਨਲ ਗਰਾਊਂਡਸ ਦੇ ਉੱਤੇ ਉਹ ਅਲਾਓ ਕਰ ਸਕਦਾ, ਉਹ ਇਗਨੋਰ ਕਰ ਸਕਦਾ, ਉਸ ਨੂੰ ਕਹਿ ਸਕਦਾ ਵੀ ਤੂੰ ਅੱਗੇ ਤੋਂ ਨਸ਼ਾ ਹੀ ਹੁਣ ਮੈਨੂੰ ਖਤਰਾ ਸੀ ਪਰ ਹੁਣ ਉੱਥੇ ਹਾਲਾਤ ਬਦਲ ਗਏ ਨੇ, ਇਹ ਗੱਲ ਜਿਹੜੀ ਆ ਨਾ ਇਹ ਆਰਗੂਮੈਂਟ ਐਕਸੈਪਟ ਨਹੀਂ ਹੈ, ਐਕਸੈਪਟੇਬਲ ਨਹੀਂ ਹੈ। ਅੱਛਾ, ਜੇ ਉੱਥੇ ਦੇ ਹਾਲਾਤ ਬਦਲ ਗਏ ਆ ਤਾਂ ਉੱਥੇ ਜਾ ਕੇ ਰਹਿ ਸਕਦਾ, ਉਹਨੂੰ ਫਿਰ ਅਸਾਇਲਮ ਦੀ ਲੋੜ ਨਹੀਂ ਹੈ। ਇਸ ਕਰਕੇ ਉਹਦਾ ਜਿਹੜਾ ਸਟੈਟਸ ਹੈ, ਜੇ ਉਹਨੂੰ ਮਿਲ ਵੀ ਗਿਆ, ਜੇ ਉਸ ਲੈਂਡਡ ਇਮੀਗ੍ਰੈਂਟ ਹੋ ਵੀ ਗਿਆ, ਤਾਂ ਉਹਦਾ ਰਿਵੋਕ ਹੋ ਸਕਦਾ ਉਸ ਬੇਸਿਸ ਦੇ ਉੱਤੇ। ਉਹਨੇ ਕਿਉਂਕਿ ਉੱਥੇ ਕੰਡੀਸ਼ਨ ਸੀ ਉਹਨਾਂ ਇੰਨੀਆਂ ਚੰਗੀਆਂ ਹੋ ਗਈਆਂ ਵੀ ਉਹ ਰੀਅਵੇਲ ਕਰ ਸਕਦਾ, ਉੱਥੇ ਜਾ ਕੇ ਰਹਿ ਸਕਦਾ। ਕਿਉਂਕਿ ਜਿਹੜਾ ਬੇਸਿਸ ਹੈ ਸ਼ਮੀਲ ਜੀ, ਜਿਹੜਾ ਅਸਾਇਲਮ ਦਾ ਜਾਂ ਪ੍ਰੋਟੈਕਸ਼ਨ ਦਾ ਜਿਹੜਾ ਬੇਸਿਸ ਹੈ, ਉਹ ਤਾਂ ਇਹ ਆ ਵੀ ਤੁਹਾਨੂੰ ਉੱਥੇ ਖਤਰਾ, ਆਪਣੀ ਕੰਟਰੀ 'ਚ ਖਤਰਾ, ਤੁਹਾਨੂੰ ਇਹ ਕੰਟਰੀ ਜਿਹੜੀ ਹੈ ਇਹ ਕਹਿੰਦੀ ਆ ਵੀ ਚੰਗਾ ਓਕੇ ਵੀ ਤੁਹਾਨੂੰ ਵਾਪਸ ਨਹੀਂ ਭੇਜਦੇ, ਤੁਸੀਂ ਇੱਥੇ ਰਹਿ ਜਾਓ। ਜੇ ਉੱਥੇ ਕੰਡੀਸ਼ਨਸ ਠੀਕ ਹੋ ਗਈਆਂ ਤਾਂ ਉਹ ਤੁਹਾਡਾ ਖਤਰਾ ਟਲ ਗਿਆ ਅਤੇ ਤੁਹਾਨੂੰ ਲੋੜ ਨਹੀਂ ਹੈ ਹੁਣ ਇਸ ਕੰਟਰੀ ਦੀ ਪ੍ਰੋਟੈਕਸ਼ਨ ਦੀ, ਸੋ ਗੋ ਬੈਕ ਟੂ ਯੋਰ ਕੰਟਰੀ। ਸੋ ਮਤਲਬ ਅੱਜ ਭਾਵੇਂ ਸਰਕਾਰ ਨਹੀਂ ਕਰ ਰਹੀ, ਕੱਲ੍ਹ ਨੂੰ ਫਿਊਚਰ 'ਚ ਕੋਈ ਸਰਕਾਰ ਇਹੋ ਜਿਹੀ ਆ ਜਾਵੇ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਲਏ ਵੀ ਜਿਨ੍ਹਾਂ ਨੇ ਵੀ ਝੂਠ ਬੋਲ ਬੋਲ ਕੇ ਇੱਥੋਂ ਦੀ ਸਿਟੀਜ਼ਨਸ਼ਿਪ ਲਈ ਆ ਸੀ ਅਤੇ ਉਹਨਾਂ ਦਾ ਰਿਵਿਊ ਕਰਨਾ, ਫਿਰ ਟ੍ਰਬਲ ਤਾਂ ਬਹੁਤਿਆਂ ਨੂੰ ਖੜੀ ਹੋ ਸਕਦੀ। ਇਹ ਹੋ ਸਕਦੀ ਆ, ਉਹ ਪ੍ਰੋਸੈਸ ਜਿਹੜਾ ਹੈ ਨਾ ਉਹ ਬੜਾ ਕੰਬਰਸਮ ਪ੍ਰੋਸੈਸ ਹੈਗਾ ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ। ਨੋਰਮਲੀ ਗੌਰਮੈਂਟ ਵੈਸੇ ਇਨ ਥੀਰੀ ਦਾ ਟੂ ਆਨਸਰ ਯੋਰ ਕੁਐਸਚਨ ਯੂ ਨੋ ਇਨ ਸ਼ਾਰਟ ਯੈਸ ਦਿਸ ਕੈਨ ਹੈਪਨ, ਲੇਕਿਨ ਇਹ ਆ ਵੀ ਕਿਉਂਕਿ ਪ੍ਰੋਸੈਸ ਜਿਹੜਾ ਹੈ ਉਹ ਬੜਾ ਕੰਬਰਸਮ ਪ੍ਰੋਸੈਸ ਹੈ, ਗੌਰਮੈਂਟ ਨੋਰਮਲੀ
is not doing at the present time. Yes, in future government kar sakdi hai je chahe. And ji, par ohde ch kyunki pehla jehda hai revocation da, je unhan ko pata lagda, they have to investigate. Secondly, fir oh jehdi hai ਤੁਹਾਨੂੰ ਭੇਜਦੇ ਆ ਚਿੱਠੀ, ਤੁਸੀਂ ਉਹਨਾਂ ਨੂੰ ਫੇਅਰਨੈਸ ਲੈਟਰ ਕਰੋ, ਇਨਫੋਰਮੇਸ਼ਨ ਜਿਹੜੀ ਆ, ਫਿਰ ਨੋਟੀਫਿਕੇਸ਼ਨ ਲੈਟਰ, ਉਸ ਤੋਂ ਬਾਅਦ ਫੈਡਰਲ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਜੀ, ਅਤੇ ਉਹਦੇ ਜਿਹੜਾ ਹੈ ਉਸ ਤੋਂ ਬਾਅਦ ਫੈਡਰਲ ਕੋਰਟ ਜਿਹੜਾ ਹੈ ਉਹ ਉਸਨੂੰ, ਇਟਸ ਵੈਰੀ ਐਕਸਪੈਂਸਿਵ ਔਰ ਬਹੁਤ ਕੰਬਰਸੈਨ ਪ੍ਰੋਸੀਜਰ ਹੈ, ਇਸ ਕਰਕੇ ਗੌਰਮੈਂਟ ਜਿਹੜੀ ਆ ਨੋਰਮਲੀ ਜਿਹੜੇ ਸਿਟੀਜ਼ਨ ਬਣ ਜਾਂਦੇ ਆ ਉਹਨਾਂ ਨੂੰ ਕੁਛ ਨਹੀਂ ਕਹਿੰਦੀ। ਪਰ ਇਹ ਹੈ ਕਿ ਜੇ ਕਿਸੇ ਦਾ ਪਰਟੀਕੁਲਰ ਬੰਦੇ ਦਾ ਕੇਸ ਕੋਈ ਖਰਾਬ, ਮਤਲਬ ਜਨਰਲੀ ਤਾਂ ਗਵਰਨਮੈਂਟ ਨਹੀਂ ਕਰੇਗੀ, ਪਰ ਕਿਸੇ ਇੱਕ ਬੰਦੇ ਦਾ ਜਿਵੇਂ ਕੇਸ ਖਰਾਬ ਹੈ, ਉਹਦੀ ਕੋਈ ਗੜਬੜ, ਉਹਦਾ ਨਾਮ ਆ ਗਿਆ ਗਲਤ ਕੰਮਾਂ 'ਚ, ਜੇ ਕਿਸੇ ਇੱਕ ਇੰਡੀਵਿਜੁਅਲ ਦੇ ਖਿਲਾਫ਼ ਕੋਈ ਗਵਰਨਮੈਂਟ ਇਹ ਪਰਸੂ ਕਰਨਾ ਚਾਹੇ ਤਾਂ ਕਰ ਸਕਦੀ ਹੈ, ਕਰ ਸਕਦੀ ਹੈ, ਪਹਿਲਾਂ ਵੀ ਕਰ ਸਕਦੀ ਸੀ। ਈਵਨ ਮਿਨਿਸਟਰੀਅਲ ਪਾਲਿਸੀ ਦੇ ਬਾਵਜੂਦ ਗਵਰਨਮੈਂਟ ਕੋਲ ਹੁਣ ਵੀ ਡਿਸਕ੍ਰੀਸ਼ਨ ਹੈ, ਮਿਨਿਸਟਰ ਕੋਲ, ਇਫ ਹੀ ਵਾਂਟਸ ਉਹ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਹੁਣ ਵੀ ਰਿਵੋਕ ਕਰ ਸਕਦਾ। ਈਵਨ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਰਿਵੋਕ ਕਰ ਸਕਦਾ, ਉਹ ਜਿਹੜਾ ਪਰਮਾਨੈਂਟ ਰੈਜੀਡੈਂਸ ਵੀ ਜੇ ਕਿਸੇ ਨੂੰ ਇੱਥੇ ਅਸਾਇਲਮ ਮਿਲੀ ਆ ਉਹ ਵੀ ਰਿਵੋਕ। ਸੀ ਪੀਪਲ ਸ਼ੁੱਡ ਬੀ ਵੈਰੀ ਕੇਅਰਫੁਲ, ਸਪੈਸ਼ਲੀ ਮੈਂ ਦੇਖਿਆ ਮੇਰੇ ਕੋਲ ਕੁਛ ਕੇਸਿਸ ਆਏ ਰੀਸੈਂਟਲੀ ਜਿੱਥੇ ਕਈ ਪਤਾ ਨਹੀਂ ਕੀ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਤੁਹਾਨੂੰ ਤਾਂ ਪ੍ਰੋਟੈਕਸ਼ਨ ਮਿਲੀ ਸੀਗੀ, ਤੁਸੀਂ ਕਿਹੜਾ ਰਿਫਿਊਜੀ ਕਲੇਮ ਕੀਤਾ ਅਤੇ ਹੁਣ ਤੁਸੀਂ ਇੰਡੀਆ ਜਾ ਸਕਦੇ ਹੋ, ਲੇਕਿਨ ਉਹਦੇ 'ਚ ਕੋਈ ਫਰਕ ਨਹੀਂ ਹੈ, ਚਾਹੇ ਅਸਾਇਲਮ ਫੈਡਰਲ ਕੋਰਟ ਦੇ ਕੇਸ ਹੈ, ਫੈਡਰਲ ਕੋਰਟ ਆਫ ਅਪੀਲ ਨੇ ਇਹ ਗੱਲ ਜਿਹੜੀ ਹੈ ਡਿਸਾਈਡ ਕੀਤੀ ਹੋਈ ਹੈ, ਚਾਹੇ ਤੁਹਾਨੂੰ ਰਿਫਿਊਜੀ ਸਟੈਟਸ ਹੇਠਾਂ ਤੁਹਾਨੂੰ ਰਹਿਣ ਦੀ ਇਜਾਜ਼ਤ ਮਿਲੀ ਹੈ ਜਾਂ ਤੁਹਾਨੂੰ ਐਸ ਅਸਾਇਲਮ ਸੀਕਰ ਜਾਂ ਪ੍ਰੋਟੈਕਸ਼ਨ ਜਿਹੜੀ ਹੈ ਉਹਦੇ ਹੇਠਾਂ ਮਿਲੀ ਹੈ, ਜਿਹੜੇ ਸੈਕਸ਼ਨ ਦੇ 96-97 'ਚ ਕਿਸੇ 'ਚ ਵੀ ਮਿਲੀ ਹੋਵੇ, ਤੁਹਾਨੂੰ ਇੱਥੋਂ ਤੁਹਾਡਾ ਜਿਹੜਾ ਸਟੈਟਸ ਹੈ ਰਿਵੋਕ ਹੋ ਸਕਦਾ ਔਰ ਤੁਹਾਨੂੰ ਜਿਹੜਾ ਰਿਪੋਰਟ ਕੀਤਾ ਜਾ ਸਕਦਾ ਇੱਥੋਂ। ਅੱਛਾ, ਇੱਕ ਆਖਰੀ ਮੇਰਾ ਸਵਾਲ ਹੈ ਜੀ, ਕਿਉਂਕਿ ਅੱਜ ਕੱਲ੍ਹ ਇਹ ਵੀ ਟ੍ਰੈਂਡ ਚੱਲ ਰਿਹਾ ਕਿ ਇੱਥੇ ਆਏ ਨੇ ਬੰਦੇ ਚਾਹੇ ਉਹ ਸਟੂਡੈਂਟ ਨੇ ਅਤੇ ਜਾ ਕੇ ਉਹ ਫਾਇਲ ਕਰ ਦਿੰਦੇ, ਪਹੁੰਚ ਜਾਂਦੇ ਨੇ ਯੂ ਐੱਸ, ਉੱਥੇ ਜਾ ਕੇ ਆਪਣੇ ਕਿਸੇ ਧਰਮ ਦੀ ਅਸਾਈਲਮ ਵਗੈਰਾ ਦੀ ਟਰਾਈ ਕਰਦੇ ਨੇ, ਅਤੇ ਕਿਉਂਕਿ ਯੂ ਐੱਸ ਅਤੇ ਕੈਨੇਡਾ ਦੀ ਸੰਧੀ ਕਰਕੇ ਇਹ ਵੀ ਕਈ ਦੱਸਦੇ ਨੇ ਕਿ ਇਹ ਪ੍ਰੋਬਲਮ ਹੈ, ਉੱਥੋਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਇਸ ਕਰਕੇ? ਕੀਤਾ ਜਾ ਸਕਦਾ ਕਿਉਂਕਿ ਥਰਡ ਪਾਰਟੀ ਇਹਨਾਂ ਦਾ ਐਗਰੀਮੈਂਟ ਹੈ ਬਿਟਵੀਨ ਕੈਨੇਡਾ ਅਤੇ ਯੂ ਐੱਸ, ਉਹ ਹੈਗਾ ਥਰਡ ਪਾਰਟੀ ਜਿਹੜਾ ਹੈ, ਉਹ ਜੇ ਕੋਈ ਬੰਦਾ ਕੈਨੇਡਾ 'ਚ ਹੈ ਉਹਨੇ ਇੱਥੇ ਜਾ ਇੱਥੇ ਇੱਥੇ ਉਹਨੇ ਅਸਾਇਲਮ ਦਾ ਕੇਸ ਨਹੀਂ ਕੀਤਾ, ਉਹ ਇਸ ਕੰਟਰੀ ਨੂੰ ਛੱਡ ਕੇ ਦੂਜੀ ਕੰਟਰੀ ਯੂ ਐੱਸ ਏ ਚਲ ਜਾਂਦਾ, ਤਾਂ ਯੂ ਐੱਸ ਏ ਜਿਹੜਾ ਹੈ ਉਹਨਾਂ ਨੇ ਉੱਥੇ ਦੀਆਂ ਅਥਾਰਟੀਜ਼ ਜਿਹੜੀਆਂ ਨੇ ਦੇ ਕੈਨ ਸੇ ਵੈਲ ਸੀ ਬਈ ਤੂੰ ਕੈਨੇਡਾ ਸੀਗਾ, ਤੂੰ ਉੱਥੇ ਕਿਉਂ ਨਹੀਂ ਅਸਾਇਲਮ ਜਿਹੜੀ ਆ, ਦੈਟ ਵਾਸ ਯੂਅਰ ਫਸਟ ਕੰਟਰੀ ਜਿੱਥੇ ਤੂੰ ਸੀਗਾ, ਤਾਂ ਉੱਥੇ ਤੂੰ ਅਸਾਇਲਮ ਜਾਂ ਪ੍ਰੋਟੈਕਸ਼ਨ ਕਲੇਮ ਨਹੀਂ ਕੀਤੀ ਹੈ, ਵਾਈ ਆਰ ਯੂ ਡੂਇੰਗ ਇਟ ਹੇਅਰ? ਸੀ ਦੇ ਕੈਨ ਰਿਫਿਊਜ਼ ਪ੍ਰਿਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਐਪਲੀਕੇਸ਼ਨ ਜਿਹੜੀ ਉਹਦੀ ਰਿਫਿਊਜ਼ ਕਰਕੇ ਐਂਡ ਦੇ ਕੈਨ ਅਰੈਸਟ ਐਂਡ ਡਿਟੇਨ ਐਂਡ ਦੇ ਕੈਨ ਸੈਂਡ ਹਿਮ ਬੈਕ, ਉਹਨੂੰ ਡਿਪੋਰਟ ਕਰ ਸਕਦੇ ਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੇ ਆਉਂਦੇ ਆ ਯੂ ਐੱਸ ਏ ਤੋਂ ਉਹਨਾਂ ਦੇ ਨਾਲ ਵੀ ਹੁੰਦਾ, ਦੇਰ ਆਰ ਸਮ ਐਕਸੈਪਸ਼ਨਸ ਰੈਲੇਟਿਵਸ ਦੀ ਅਤੇ ਹੋਰ ਜਿਹੜੀ ਹੈ, ਲੇਕਿਨ ਇਹ ਆ ਵੀ ਦੀਸ ਆਰ ਐਕਸੈਪਸ਼ਨਸ, ਅਦਰਵਾਈਜ਼ ਇਨ ਜਿਹੜਾ ਲਾਅ ਹੈ, ਲਾਅ ਬੜਾ ਕਲੀਅਰ ਹੈ, ਉਹ ਜਿਹੜੀ ਸੰਧੀ ਹੈ ਇਹਨਾਂ ਦੇ 'ਚ ਕੈਨੇਡਾ ਅਤੇ ਯੂ ਐੱਸ ਏ ਦੇ ਵਿੱਚ, ਉਹ ਸੰਧੀ ਦੇ ਆਧਾਰ 'ਤੇ ਈਵਨ ਕੈਨੇਡਾ ਵਾਲੇ ਜਿਹੜੇ ਆ ਉਹ ਵੀ ਰਿਫਿਊਜ਼ ਕਰ ਦਿੰਦੇ ਆ, ਐਲੀਜੀਬਿਲਟੀ ਦੇ ਵਿੱਚ ਹੀ ਰਿਜੈਕਟ ਹੋ ਜਾਂਦਾ ਕੇਸ ਇਨੀਸ਼ੀਅਲ ਸਟੇਜ ਦੇ ਉੱਤੇ। ਨਹੀਂ, ਬੜੇ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੀ ਮੰਗ ਸਾਹਿਬ, ਬਹੁਤ ਲੋਕ ਅੱਜ ਕੱਲ੍ਹ ਗੁੰਮਰਾਹ ਹੋ ਰਹੇ ਇਹਨਾਂ ਚੀਜ਼ਾਂ 'ਚ, ਬਹੁਤ ਯੂਥ ਨੂੰ ਖਾਸ ਕਰਕੇ ਕਈ ਲੋਕ ਮਿਸਗਾਈਡ ਕਰ ਰਹੇ।
ਸੀ ਜਿਹੜੇ ਜੇ ਕੋਈ ਕਿਸੇ ਨੇ ਕੋਈ ਜਿਹੜੀਆਂ ਨੇ ਐਕਸੈਪਸ਼ਨਸ ਕੋਰਟ ਹੁੰਦੀਆਂ ਨੇ ਬਈ ਜੀ ਕੋਈ ਐਮਰਜੈਂਸੀ ਵਾਸਤੇ ਚਲਿਆ ਗਿਆ ਹੋਰ ਚਲਿਆ ਗਿਆ ਪਰ ਜਾਣ ਤੋਂ ਪਹਿਲਾਂ ਜੇ ਕੋਈ ਇਹੋ ਜਿਹੀ ਸਿਚੁਏਸ਼ਨ ਹੋਵੇ ਕਿਸੇ ਨੂੰ ਕਿਸੇ ਸਿਆਣੇ ਵਕੀਲ ਨਾਲ ਕਿਸੇ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਟਸ ਅ ਵੈਰੀ ਡੇਂਜਰਸ ਥਿੰਗ ਤੁਹਾਡਾ ਜਿਹੜਾ ਸਟੈਟਸ ਤੁਸੀਂ ਐਕੁਆਇਰ ਕਰ ਲਿਆ ਜੇ ਤੁਸੀਂ ਉਹਨੂੰ ਮੇਨਟੇਨ ਕਰਨਾ ਚਾਹੁੰਦੇ ਹੋ ਇੱਥੇ ਤਾਂ ਬੇਸਿਕਲੀ ਬੀ ਕੇਅਰਫੁਲ ਐਵੇਂ ਕਿਸੇ ਦੀ ਸਲਾਹ ਲੈ ਕੇ ਜੀ ਉਹ ਫਲਾਣਾ ਗਿਆ ਸੀ ਫਲਾਣਾ ਆ ਗਿਆ ਉਹਨਾਂ ਨੂੰ ਕੁਛ ਨਹੀਂ ਹੋਇਆ ਇਹ ਗੱਲ ਨਹੀਂ ਹੈ ਲਾਅ ਤਾਂ ਲਾਅ ਹੈ ਨਾ ਜੇ ਤੁਸੀਂ ਲਾਅ ਦੇ ਵਿੱਚ ਕੀ ਹੁੰਦਾ ਇਟਸ ਲਾਈਕ ਨੈਟ ਕਈ ਬੰਦੇ ਫਸ ਜਾਂਦੇ ਕਈ ਬੰਦੇ ਨਹੀਂ ਫਸਦੇ ਓਕੇ ਸੋ ਇਸ ਕਰਕੇ ਬਹੁਤ ਕੇਅਰਫੁਲੀ ਇਹ ਜਿਹੜਾ ਇਟਸ ਅ ਵੈਰੀ ਸੀਰੀਅਸ ਮੈਟਰ ਜਿੰਨਾ ਚਿਰ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਮਿਲ ਜਾਂਦੀ ਜੇ ਤੁਸੀਂ ਭਾਵੇਂ ਤੁਸੀਂ ਰਿਫਿਊਜੀ ਸਟੈਟਸ ਲਿਆ ਚਾਹੇ ਤੁਸੀਂ ਪ੍ਰੋਟੈਕਸ਼ਨ ਲਈ ਹੈ ਪ੍ਰੋਟੈਕਸ਼ਨ ਦੇ ਹੇਠਾਂ ਤੁਹਾਨੂੰ ਰਹਿਣ ਦੀ ਇਜਾਜ਼ਤ ਮਿਲੀ ਹੈ ਜਿੰਨਾ ਚਿਰ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਮਿਲ ਜਾਂਦੀ ਮੇਰੀ ਐਡਵਾਈਸ ਸਟਰੋਂਗਲੀ ਇਹ ਹੈ ਵੀ ਡੋਂਟ ਲੀਵ ਦਿਸ ਕੰਟਰੀ ਡੋਂਟ ਗੋ ਐਨੀਵੇਅਰ ਥੈਂਕ ਯੂ ਮੰਗਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੇ ਤੁਸੀਂ ਇਸ ਕੰਟਰੀ 'ਚ ਆ ਕੇ ਕਿਸੇ ਤਰ੍ਹਾਂ ਦੀ ਕੋਈ ਅਸਾਈਲਮ ਕਲੇਮ ਕੀਤੀ ਹੈ ਇਸ ਆਧਾਰ ਦੇ ਉੱਤੇ ਕਿ ਮੈਨੂੰ ਉਸ ਕੰਟਰੀ 'ਚ ਖਤਰਾ ਹੈ ਜਿੱਥੋਂ ਮੈਂ ਆਇਆ ਉੱਥੇ ਮੇਰੀ ਜਾਨ ਨੂੰ ਖਤਰਾ ਅਤੇ ਮੁੜ ਕੇ ਤੁਸੀਂ ਇੱਕ ਵਾਰ ਫਿਰ PR ਲੈਣ ਤੋਂ ਬਾਅਦ ਉੱਥੇ ਚੱਕਰ ਮਾਰਨੇ ਸ਼ੁਰੂ ਕਰ ਦਿੰਦੇ ਹੋ ਅਤੇ ਵਾਪਸ ਕਿਉਂਕਿ ਝੂਠ ਬੋਲ ਕੇ ਸਾਰਾ ਕੁਛ ਕੀਤਾ ਗਿਆ ਇਹ ਚੀਜ਼ ਕਿਸੇ ਵੇਲੇ ਵੀ ਟਰਬਲ ਬਣ ਸਕਦੀ ਹੈ ਇੱਕ ਰੀਸੈਂਟ ਕੇਸ ਸਾਹਮਣੇ ਆਇਆ ਉਹਦੇ ਆਧਾਰ ਦੇ ਉੱਤੇ ਅਸੀਂ ਗੱਲ ਕਰ ਰਹੇ ਸੀ ਈਵਨ ਥੋਰੈਟੀਕਲੀ ਈਵਨ ਤੁਹਾਡੇ ਸਿਟੀਜ਼ਨ ਬਣਨ ਤੋਂ ਬਾਅਦ ਵੀ ਇਹ ਪ੍ਰੋਬਲਮ ਬਣ ਸਕਦੀ ਜੇ ਗਵਰਨਮੈਂਟ ਚਾਹੇ ਤਾਂ ਅਤੇ ਦੂਸਰਾ ਜਿਹੜੇ US ਜਾ ਰਹੇ ਨੇ ਇੱਥੋਂ ਅਤੇ ਉੱਥੇ ਜਾ ਕੇ ਇਸ ਕਿਸਮ ਦੀ ਅਸਾਈਲਮ ਵਗੈਰਾ ਦੀ ਤਾਕ 'ਚ ਜਾ ਰਹੇ ਨੇ ਉਹਨਾਂ ਲਈ ਵੀ ਆਉਣ ਵਾਲੇ ਟਾਈਮ 'ਚ ਉੱਥੇ ਖਤਰਾ ਹੋਏਗਾ ਉਹਨਾਂ ਦੇ ਵੀ ਚਾਂਸਿਸ ਨੇ ਕਿ ਉਹਨਾਂ ਨੂੰ ਨਹੀਂ ਅਕਸੈਪਟ ਕੀਤਾ ਜਾਏਗਾ ਅਤੇ ਉਹ ਡਿਪੋਰਟ ਹੋਣਗੇ ਸੋ ਇਹ ਸਾਰੇ ਇਹੋ ਜਿਹੇ ਇੰਪੋਰਟੈਂਟ ਪਹਿਲੂ ਨੇ ਜਿਨ੍ਹਾਂ ਬਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਤੇ ਇਹਦੇ ਬਾਰੇ ਕਾਫੀ ਸੁਚੇਤ ਰਹਿਣ ਦੀ ਲੋੜ ਹੈ ਗੱਲਬਾਤ ਜੋ ਅਸੀਂ ਕਰ ਰਹੇ ਸੀ ਤਾਂ ਜਸਵੰਤ ਮੰਗ ਠੋਰਾ ਨਾਲ ਅਤੇ ਇਹਦੇ ਬਾਰੇ ਕਾਮੈਂਟ ਕਾਫੀ ਕਾਮੈਂਟ ਨੇ ਪਰ ਜ਼ਿਆਦਾਤਰ ਸੇਮ ਗੱਲ ਹੀ ਹੈ ਅਤੇ ਮੇਰੇ ਖਿਆਲ ਹੈ ਜਿੰਨੇ ਵੀ ਮੈਂ ਦੇਖ ਰਿਹਾ ਪੜ੍ਹ ਰਿਹਾ ਤੁਹਾਡੇ ਕਾਮੈਂਟ ਜਾਂ ਸਵਾਲ ਉਹਨਾਂ ਦਾ ਆਂਸਰ ਸਾਰੀ ਗੱਲਬਾਤ ਵਿੱਚ ਮਿਲ ਗਿਆ ਤਕਰੀਬਨ ਸਾਰੇ ਪੱਖ ਉਹ ਕਵਰ ਉਹਨਾਂ ਨੇ ਕਰ ਲਏ ਸੀ ਅਤੇ ਉਂਝ ਕੁਛ ਜਨਰਲ ਕਾਮੈਂਟ ਮੈਂ ਜ਼ਰੂਰ ਪੜ੍ਹ ਸਕਦਾ ਕਿ ਜਿਵੇਂ ਜਸਵਿੰਦਰ ਹੰਸਪਾਲ ਹੋਰਾਂ ਦਾ ਕਾਮੈਂਟ ਹੈ ਕਿ ਜ਼ਿੰਦਗੀ ਭਰ ਝੂਠ ਬੋਲਣਾ ਪੈਂਦਾ ਫੇਕ ਰਿਫਿਊਜੀਜ਼ ਨੂੰ ਇੱਕ ਵਾਰ ਝੂਠ ਬੋਲਿਆ ਤਾਂ ਝੂਠ ਬੋਲ ਕੇ ਨਹੀਂ ਸਰੇਗਾ ਫਿਰ ਤੁਹਾਨੂੰ ਸਾਰੀ ਉਮਰ ਉਹ ਝੂਠ ਜਿਉਣਾ ਪਏਗਾ ਝੂਠ ਵਾਰ ਵਾਰ ਬੋਲਣਾ ਪਏਗਾ ਕਿ ਤੁਸੀਂ ਤੁਹਾਨੂੰ ਖਤਰਾ ਕੋਈ ਨਹੀਂ ਸੀ ਸਿਰਫ ਤੁਸੀਂ ਝੂਠ ਬੋਲ ਦਿੱਤਾ ਕਿ ਮੈਨੂੰ ਖਤਰਾ ਸੀ ਅਤੇ ਮੁੜ ਕੇ ਹੁਣ ਇਹ ਚੀਜ਼ ਕਿਸੇ ਵੇਲੇ ਵੀ ਤੁਹਾਡੇ ਅੱਗੇ ਆ ਸਕਦੀ ਹੈ ਪਰ ਜਿਵੇਂ ਮਾਂਗੜ ਸਾਹਿਬ ਕਹਿ ਰਹੇ ਸੀਗੇ ਜਿਹੜਾ ਕਾਨੂੰਨ ਹੈ ਉਹ ਨੈੱਟ ਦੀ ਤਰ੍ਹਾਂ ਜਿਵੇਂ ਕੋਈ ਨੈੱਟ ਕਿਤੇ ਜਾਲੀ ਲੱਗੀ ਹੈ ਅਤੇ ਉਹਦੇ 'ਚ ਕਈ ਮੱਛੀਆਂ ਫਸ ਜਾਂਦੀਆਂ ਕਈ ਨਹੀਂ ਫਸਦੀਆਂ ਕਿਸੇ ਤਰ੍ਹਾਂ ਕੁੜਕੀ ਲੱਗੀ ਹੈ ਉਹਦੇ 'ਚ ਕਈ ਫਸ ਜਾਂਦੇ ਨੇ ਅਤੇ ਕਈ ਬਚ ਵੀ ਜਾਂਦੇ ਨੇ ਪਰ ਜੇ ਤੁਸੀਂ ਗਲਤ ਕੰਮ ਕੀਤਾ ਤਾਂ ਫਸਣ ਦੀ ਸੰਭਾਵਨਾ ਕਿਤੇ ਨਾ ਕਿਤੇ ਲਾਈਫ 'ਚ ਰਹੇਗੀ ਇਸ ਕਰਕੇ ਜਿਹੜਾ ਬਹੁਤ ਇਹਨੂੰ ਨੋਰਮਲਾਈਜ਼ ਕਰ ਦਿੱਤਾ ਗਿਆ ਸਾਡੇ ਸਮਾਜ 'ਚ ਸਾਡੀ ਕਮਿਊਨਿਟੀ 'ਚ ਕਿ ਇਸ ਤਰ੍ਹਾਂ ਚਿੱਠੀ 'ਚ ਲਿਖ ਦਿਓ ਅਤੇ ਮੈਂ ਆਪ ਕਿੰਨੀਆਂ ਚਿੱਠੀਆਂ ਦੇਖੀਆਂ ਨੇ ਨਿਰਾਪੁਰਾ ਝੂਠ ਬੰਦੇ ਲਿਖਦੇ ਨੇ ਸਿਰਫ ਇਸ ਕਰਕੇ ਕਿ ਉਹ ਇਸ ਕੰਟਰੀ 'ਚ ਰਹਿਣਾ ਚਾਹੁੰਦੇ ਆ ਅਤੇ
ਔਰ ਇੱਥੋਂ ਸ਼ੁਰੂਆਤ ਹੀ ਝੂਠ ਝੂਠ ਨਾਲ ਹੁੰਦੀ ਹੈ ਅਤੇ ਮੁੜ ਕੇ ਗੱਲ ਸਿਰਫ ਇੱਥੇ ਤੱਕ ਨਿਬੜ ਜਾਂਦੀ ਅਤੇ ਗੱਲ ਹੋਰ ਸੀ। ਪਰ ਜਿਹੜੇ ਕਾਨੂੰਨ ਨੇ ਔਰ ਹੁਣ ਜਿਸ ਤਰ੍ਹਾਂ ਦਾ ਇਸ ਵੇਲੇ ਮੁਲਕ 'ਚ ਮਾਹੌਲ ਹੈ, ਇਹੋ ਜਿਹੇ ਕਾਨੂੰਨ ਨਰਮ ਹੋਣ ਦੀ ਬਜਾਏ ਹੋਰ ਸਖਤ ਹੋਣ ਦੀ ਹੀ ਸੰਭਾਵਨਾ ਹੈ, ਕਿਉਂਕਿ ਪਿਛਲੇ 10 ਸਾਲਾਂ 'ਚ ਜੋ ਖਿਲਾਰਾ ਪਾਇਆ ਗਿਆ ਇਮੀਗ੍ਰੇਸ਼ਨ ਦਾ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਰਿਐਕਸ਼ਨ ਕੈਨੇਡੀਅਨ 'ਚੋਂ ਹੋਇਆ, ਸੋ ਇਹ ਚਾਹੇ ਰਿਫਿਊਜੀਜ਼ ਨਾਲ ਰਿਲੇਟਡ ਨੇ ਚਾਹੇ ਜਨਰਲ ਇਮੀਗ੍ਰੇਸ਼ਨ ਰੂਲ ਨੇ, ਹੁਣ ਹੋਰ ਸਖਤ ਹੋਣ ਦਾ ਹੀ ਦੌਰ ਹੈ, ਹੋਰ ਸਖਤ ਹੋਣਗੇ। ਅਤੇ ਇਸੇ ਕਰਕੇ ਅਸੀਂ ਇਹ ਗੱਲਬਾਤ ਕੀਤੀ ਹੈ ਕਿ ਜਿਹੜੇ ਬਚ ਸਕਦੇ ਨੇ ਗਲਤ ਟਰੈਪ ਤੋਂ, ਗਲਤ ਸਲਾਹਾਂ ਤੋਂ, ਉਹਨਾਂ ਨੂੰ ਬਚਣਾ ਚਾਹੀਦਾ, ਨਹੀਂ ਤਾਂ ਫਿਰ ਸਾਰੀ ਉਮਰ ਤੁਹਾਨੂੰ ਇੱਕ ਝੂਠ ਦੇ ਨਾਲ ਜਿਉਣਾ ਪੈਣਾ ਅਤੇ ਉਹ ਕਿਸੇ ਵੇਲੇ ਵੀ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਨੇ। ਜਿਵੇਂ ਇੱਕ ਕੇਸ ਦਾ ਅਸੀਂ ਜ਼ਿਕਰ ਕੀਤਾ, ਇਹ ਚੈੱਕ ਰਿਪਬਲਿਕ ਤੋਂ 27 ਸਾਲ ਪਹਿਲਾਂ ਆਇਆ ਸੀ ਬੰਦਾ, ਅਤੇ ਹੁਣ ਉਹ ਕ੍ਰਾਈਸਿਸ 'ਚ ਫਸ ਗਿਆ ਕਿਉਂਕਿ ਉਹ ਵਾਰ ਵਾਰ ਜਾਂਦਾ ਰਿਹਾ ਆਪਣੇ ਮੁਲਕ 'ਚ, 5-7 ਵਾਰ ਗਿਆ ਅਤੇ ਇੱਕ ਦਿਨ ਪਕੜਿਆ ਗਿਆ ਕਿ ਤੂੰ ਤਾਂ ਇਹ ਕਹਿ ਕੇ ਇੱਥੇ ਅਸਾਈਲਮ ਲਈ ਸੀ ਕਿ ਮੈਨੂੰ ਉੱਥੇ ਖਤਰਾ, ਅਤੇ ਹੁਣ ਤੂੰ 7 ਚੱਕਰ ਉੱਥੇ ਮਾਰ ਚੁੱਕਿਆ, ਅਤੇ ਉਸ ਤੋਂ ਬਾਅਦ ਉਹਦੀ PR ਜਿਹੜੀ ਹੈਗੀ ਆ ਉਹ ਖਤਮ ਹੋ ਗਈ। ਅਤੇ ਇਹ ਇਸ ਇੱਕ ਕਾਨੂੰਨੀ ਤੌਰ ਦੇ ਉੱਤੇ ਇਹ ਪੋਜੀਸ਼ਨ ਹੈ ਜਿਹਦੇ ਬਾਰੇ ਅਸੀਂ ਗੱਲਬਾਤ ਕੀਤੀ ਕਿ ਈਵਨ ਥੋਰੈਟਿਕਲੀ ਤਾਂ ਜੇ ਕੋਈ ਗਵਰਨਮੈਂਟ ਚਾਹੇ ਸਿਟੀਜ਼ਨਸ਼ਿਪ ਬਣਨ ਤੋਂ ਬਾਅਦ ਵੀ ਇਹ ਚੀਜ਼ ਪ੍ਰੋਬਲਮ ਬਣ ਸਕਦੀ। ਜੇ ਤੁਹਾਡਾ ਕੋਈ ਐਕਸਪੀਰੀਅੰਸ ਹੈ ਇਹਦੇ ਬਾਰੇ ਜਾਂ ਕੋਈ ਤੁਹਾਨੂੰ ਰਿਅਲਾਈਜੇਸ਼ਨ ਹੋਈ, ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਗਲਤ ਫੈਸਲਾ ਸੀ ਅਸਾਈਲਮ ਫਾਈਲ ਕਰਨ ਵਾਲਾ, ਇਹਦੇ ਨਾਲ ਤੁਹਾਨੂੰ ਪ੍ਰੋਬਲਮਸ ਆਈਆਂ, ਅਤੇ ਜੇ ਕੋਈ ਇਹੋ ਜਿਹਾ ਹਿੰਮਤ ਕਰਕੇ ਆਪਣੀ ਗੱਲ ਕਹਿਣਾ ਚਾਹੁੰਦਾ ਹੈ ਤਾਂ ਅਸੀਂ ਬੜੇ ਉਹਦੇ ਸ਼ੁਕਰਗੁਜ਼ਾਰ ਹੋਵਾਂਗੇ, ਕਿਉਂਕਿ ਇੰਨਾ ਜ਼ਰੂਰ ਇਸ ਗੱਲ ਦਾ ਅਹਿਸਾਸ ਹੈ ਕਿ ਹਰ ਕੋਈ ਇਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਨੰਬਰ ਇਹ ਵੀ ਬਹੁਤ ਜ਼ਿਆਦਾ, ਅਤੇ ਪਰ ਜੇ ਕੋਈ ਜਿਸਨੇ ਇਹ ਐਕਸਪੀਰੀਅੰਸ ਕੀਤਾ ਕਿ ਇਹ ਬਾਅਦ ਵਿੱਚ ਟਰਬਲਸ ਉਹਨਾਂ ਨੂੰ ਆਈਆਂ ਅਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਿਵੇਂ ਮੈਨੂੰ ਦੱਸਿਆ ਗਿਆ ਸੀ ਉਵੇਂ ਨਹੀਂ ਸੀ, ਮੈਂ ਐਵੇਂ ਖਾਮ ਖਾ ਆਪਣੇ ਆਪ ਨੂੰ ਫਸਾ ਲਿਆ, ਜੇ ਕੋਈ ਇਸ ਤਰ੍ਹਾਂ ਦਾ ਵੋਲੰਟੀਅਰ ਕਰਕੇ ਆਪਣੀ ਗੱਲ ਕਰਨੀ ਚਾਹੁੰਦਾ ਤਾਂ ਅਸੀਂ ਉਸਨੂੰ ਵੈਲਕਮ ਕਰਾਂਗੇ ਅਤੇ ਉਹਦਾ ਬਹੁਤ ਬਹੁਤ ਸ਼ੁਕਰੀਆ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਫੋਨ ਲਾਈਨ 'ਤੇ ਨੇ ਗੁਰਿੰਦਰ। ਹਾਂਜੀ ਗੁਰਿੰਦਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਰਫ ਇਹਨਾਂ ਹੀ ਦੱਸਣਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਗੌਰਮੈਂਟ ਦੀ ਵੀ ਗਲਤੀ ਹੈ, ਇਹਦੇ ਵਿੱਚ ਆਪਣੇ ਲੋਕਾਂ ਦੀ ਵੀ ਗਲਤੀ ਹੈ, ਕਿਉਂਕਿ ਜਦੋਂ ਤੁਸੀਂ ਏਅਰਪੋਰਟ ਤੋਂ ਉਤਰੇ, ਅੱਜ ਕੱਲ੍ਹ ਗੌਰਮੈਂਟ ਖੁਦ ਦੇ ਰਹੀ ਹੈ ਏਅਰਪੋਰਟ ਦੇ ਉੱਤੇ, ਤੁਸੀਂ ਰਿਫਿਊਜ਼ੀ ਹੋ ਜਾਓ, ਤੇ ਉਸ ਤੋਂ ਬਾਅਦ ਫਿਰ ਝੂਠ ਬੋਲਣ ਲਈ ਮਜਬੂਰ ਕੀਤਾ ਗਿਆ। ਕੁਛ ਸਾਡੇ ਲੋਇਰਾਂ ਨੇ, ਕੁਛ ਸਾਡੇ ਲੋਕਾਂ ਨੇ, ਤੇ ਕਈਆਂ ਨੇ ਇਹਦਾ ਫਾਇਦਾ ਵੀ ਚੱਕਿਆ, ਕਈਆਂ ਨੇ ਇਹਦਾ ਨੁਕਸਾਨ ਵੀ ਲਿੱਤਾ ਹੈਗਾ, ਤੇ ਇਹਦੇ ਵਿੱਚ ਗਲਤ ਦੋਨੋਂ ਹੀ ਨੇ। ਤੇ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਸੱਚ ਬੋਲ ਕੇ ਇੱਥੇ ਆਓ, ਆਪਣੀ ਪੀਸਫੁਲ ਲਾਈਫ ਇੱਥੇ ਜੀਓ, ਝੂਠ ਤੇ ਕੋਈ ਨਹੀਂ, ਕਿਉਂਕਿ ਹੁਣ ਸਟੂਡੈਂਟਸ ਦੇ ਨਾਲ ਵੀ ਇੰਨਾ ਕੁਛ ਹੋ ਰਿਹਾ ਹੈ, ਸਾਰੇ ਪਾਸੇ ਹੋ ਰਿਹਾ। ਤੁਸੀਂ ਆਪ ਵੀ ਕੁਛ ਇਹੋ ਜਿਹਾ ਐਕਸਪੀਰੀਅੰਸ ਕੀਤਾ? ਨਹੀਂ, ਮੈਂ ਨਹੀਂ ਐਕਸਪੀਰੀਅੰਸ ਕੀਤਾ, ਐਕਚੁਅਲੀ ਮੇਰੇ ਬੇਸਮੈਂਟ 'ਚ ਸੀ, ਮੈਂ ਉਹਨਾਂ ਦੀ ਦੱਸ ਰਹੀ ਹਾਂ ਕਿ ਉਹ ਰਿਫਿਊਜੀ ਸੀ, ਤੇ ਉਹਨਾਂ ਦਾ ਬੇਬੀ ਸੀ 7 ਮੰਥ ਦਾ, ਤੇ ਉਹਨਾਂ ਨੇ 3-4 ਵਾਰੀ ਆਪਣੀ ਕੀਤੀ ਹੈ ਅਪੀਲ, ਉਹਨਾਂ ਦਾ ਰਿਫਿਊਜ਼ ਹੋ ਗਿਆ। ਤੇ ਦੇਖੋ ਤੁਸੀਂ ਰਾਤ ਰਾਤ ਵਿੱਚ ਉਹ, ਸਾਨੂੰ ਨਹੀਂ ਪਤਾ ਲੱਗਿਆ ਉਹ ਕਿਸ ਵੇਲੇ ਉਹ ਅਮੈਰੀਕਾ ਮੂਵ ਹੋ ਗਏ, ਕਦੋਂ ਨਿਕਲ ਗਏ, ਈਵਨ ਸਾਡੀ ਚਾਬੀ ਵੀ ਨਹੀਂ ਦੇਖ ਕੇ ਗਏ ਉਹ, ਤੇ ਉਹਨਾਂ ਦਾ ਸਮਾਨ ਇੰਜ ਹੀ ਸਾਡੇ ਘਰ ਪਿਆ, ਤੇ ਨੁਕਸਾਨ ਕਿੰਨਾ ਹੋਇਆ। ਤੇ ਅਸੀਂ ਫਿਰ ਉਹਨਾਂ ਦਾ ਕੋਈ ਨੋਨ ਸੀ, ਉਹ ਸਮਾਨ ਉਹਨਾਂ ਨੂੰ ਕਿਹਾ ਤਾਂ ਚੱਕੋ ਤੁਸੀਂ, ਅਸੀਂ ਆਪਣੀ ਬੇਸਮੈਂਟ ਦੇਣੀ ਹੈ। ਪਰ ਮੈਂ ਹੈਰਾਨ ਹਾਂ ਕਿ ਉਹ 7 ਮੰਥ ਦੀ ਬੇਬੀ ਲੈ ਕੇ ਕਿਵੇਂ ਉਹ ਚਲੇ ਗਏ ਫੈਮਿਲੀ, ਜਾਇਜ਼ ਥੋੜਾ ਹੈਗਾ,
ਉਹ ਗਲਤ ਹੈਗਾ, ਕਿਉਂਕਿ ਇਹਦੇ ਵਿੱਚ ਤੁਸੀਂ ਆਪ ਤੇ ਪਰੇਸ਼ਾਨ ਹੋ ਰਹੇ ਹੋ, ਇੱਕ ਤੁਸੀਂ ਪੈਸਾ ਲੂਜ਼ ਕੀਤਾ, ਦੂਜਾ ਤੁਸੀਂ ਆਪਣੀ ਫੈਮਿਲੀ ਨੂੰ ਇੰਨੀ ਮਤਲਬ ਕਿ ਗੰਦੀ ਹਾਲਾਤ ਵਿੱਚ ਰੱਖ ਰਹੇ ਹੋ ਤੁਸੀਂ ਕਿ ਤੁਹਾਡਾ ਕੋਈ ਪਤਾ ਨਹੀਂ ਕੋਈ ਟਿਕਾਣਾ ਨਹੀਂ, ਉੱਤੋਂ ਲੋਇਰ ਇੰਨਾ ਪੈਸਾ ਲੈ ਰਹੇ ਨੇ ਉਹਨਾਂ ਤੋਂ, ਮਤਲਬ ਕਿ ਲੋਇਰਾਂ ਨੂੰ ਵੀ ਸ਼ਰਮ ਨਹੀਂ ਆ ਰਹੀ ਕਿ ਅਸੀਂ ਇੰਨਾ, ਇੱਕ ਤੇ ਮਜਬੂਰ ਹੈ ਆਦਮੀ, ਉਹਨਾਂ ਨੂੰ ਵੀ ਪਤਾ ਹੁੰਦਾ ਕਿਹੜਾ ਜੈਨੂਅਨ ਹੈ ਕਿਹੜਾ ਨਹੀਂ ਹੈ, ਕਮ ਸੇ ਕਮ ਉਹ ਫਾਈਲ ਲੈਣ ਕਿ ਜਿਹੜਾ ਜੈਨੂਅਨ ਹੈ ਉਹ ਸੱਚੀ ਮੁੱਚੀ ਉੱਥੋਂ ਆਇਆ ਇੰਡੀਆ ਤੋਂ, ਉਹਨੂੰ ਪ੍ਰੋਬਲਮ ਹੈ, ਉਹਨੂੰ ਰਿਸਕ ਹੈ ਬਾਹਰ ਮਤਲਬ ਕਿ ਜਾਣਾ ਵਾਪਿਸ, ਤੇ ਤੁਸੀਂ ਉਹ ਫਾਈਲ ਲਵੋ, ਜਿਹੜਾ ਝੂਠ ਬੋਲ ਰਿਹਾ ਤੁਸੀਂ ਇੱਕ ਪੈਸੇ ਨਾ ਦੇਖੋ ਨਾ, ਤੁਸੀਂ ਉਹ ਵੀ ਚੀਜ਼ ਦੇਖੋ ਨਾ ਇਹਨਾਂ ਲੋਕਾਂ ਦੀ। ਇਹ ਜਿਹੜੇ ਲੋਕ ਨੇ ਨਾ ਇੱਦਾਂ ਦੇ, ਇਹ ਜਿਹੜੇ ਕੰਸਲਟੈਂਟ ਨੇ, ਇਹਨਾਂ ਦੀ ਆਤਮਾ ਮਰੀ ਹੋਈ ਹੈ ਤੇ ਲਾਸ਼ਾਂ ਤੁਰੀਆਂ ਫਿਰਦੀਆਂ ਨੇ, ਇਹਨਾਂ ਦੀ ਕੋਈ ਜ਼ਮੀਰ ਥੋੜ੍ਹਾ ਇਹਨਾਂ ਦੀ। ਥੈਂਕ ਯੂ ਗੁਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਗੇ ਵੀ ਆਪਣਾ ਨਾਮ ਨਹੀਂ ਸ਼ੇਅਰ ਕਰਨਾ ਚਾਹੁੰਦੇ ਤੁਸੀਂ, ਭੈਣ ਜੀ ਕਰੋ ਗੱਲ। ਸਤਿ ਸ਼੍ਰੀ ਅਕਾਲ ਜਮੀਲ ਜੀ, ਆਈ ਲਿਸਨ ਟੂ ਯੋਰ ਰੇਡੀਓ ਸ਼ੋ ਐਵਰੀ ਡੇ। ਮੇਰਾ ਆਪਣਾ ਐਕਸਪੀਰੀਅੰਸ ਇਹ ਹੈ, ਮੈਂ ਏਅਰਪੋਰਟ ਤੇ ਕੰਮ ਕਰਦੀ ਹਾਂ, ਟੋਰਾਂਟੋ ਪੀਅਰਸਨ। ਹਾਂਜੀ। ਐਵਰੀ ਡੇ ਅਸੀਂ ਬਹੁਤ ਰਿਫਿਊਜੀ ਦੇਖਦੇ ਹਾਂ, ਪਰ ਮੈਨੂੰ ਦੁੱਖ ਇਹ ਹੁੰਦਾ ਕਿ ਜਿਹੜੇ ਏਜੰਟਸ ਜਿਵੇਂ 16-17-18 ਸਾਲ ਦੇ ਬੱਚੇ ਇੱਥੇ ਆਉਂਦੇ ਨੇ ਸਟੂਡੈਂਟਸ ਬਣ ਕੇ, ਤੇ ਉਹਨਾਂ ਨੂੰ ਕਹਿ ਦਿੰਦੇ ਨੇ ਕੋਈ ਗੱਲ ਨੀ ਵੀ ਅਸੀਂ ਛੇਤੀ ਤੋਂ ਛੇਤੀ ਤੁਹਾਡਾ ਕੇਸ ਇੱਥੋਂ ਕਰਾ ਦਾਂਗੇ ਉੱਥੋਂ ਕਰਾ ਦਾਂਗੇ, ਵੀ ਜਿਵੇਂ ਕਿਊਬੈਕ ਚਲ ਜਾਓਗੇ ਇੱਥੇ ਚਲ ਜਾਓਗੇ, ਤੇ ਮੈਂ ਇਹ ਸੋਚਦੀ ਹਾਂ ਕਿ ਜੇ ਬਾਈ ਚਾਂਸ ਉਹਨਾਂ ਦਾ ਕੇਸ ਨਹੀਂ ਹੁੰਦਾ ਜਾਂ ਇਨ ਬਿਟਵੀਨ ਤੁਸੀਂ ਆਪਣਾ ਪਰਿਵਾਰ ਇੰਡੀਆ ਛੱਡ ਕੇ ਆਏ ਹੋ ਜਾਂ ਕਿਸੇ ਹੋਰ ਕੰਟਰੀ 'ਚ ਛੱਡ ਕੇ ਆਏ ਹੋ, ਤੁਸੀਂ ਵਾਪਸ ਨਹੀਂ ਜਾ ਸਕਦੇ, ਤੁਸੀਂ ਇੱਥੇ ਹੀ ਰਹਿਣਾ। ਔਰ ਉਹਨਾਂ ਨੂੰ ਝੂਠੇ ਦਿਲਾਸੇ ਦਿੰਦੇ ਨੇ ਕਿ ਵੀ ਕੋਈ ਗੱਲ ਨੀ ਤੁਹਾਨੂੰ ਕਾਠਮੰਡੂ ਥਾਣੀ ਜਾਂ ਤੁਹਾਨੂੰ ਕਿਸੇ ਹੋਰ ਥਾਂ ਤੋਂ ਅਸੀਂ ਤੁਹਾਨੂੰ ਵਾਪਸ ਵੀ ਇੰਡੀਆ ਪਹੁੰਚਾ ਦਾਂਗੇ, ਸਾਡੇ ਬਹੁਤ ਮਤਲਬ ਰਿਸੋਰਸਿਸ ਹੈਗੇ ਨੇ। ਬਹੁਤ ਮਿਸਗਾਈਡੈਂਸ ਜਿਹੜੀ ਹੈ ਨਾ ਉਹ ਇੰਨੀ ਕੁ ਜ਼ਿਆਦਾ ਆ, ਮੈਂ ਕਿਸੇ ਨਾਲ ਹੁੰਦੇ ਹੋਏ ਵੇਖੀ ਹੈ, ਔਰ ਐਟ ਲਾਸਟ ਉਹ ਇਸ ਸਿਚੁਏਸ਼ਨ 'ਚ ਸੀ ਬੱਚਾ ਕਿ ਉਹਨੇ ਸਭ ਕੁਛ ਗਿਵ ਅਪ ਕਰਕੇ ਹੀ ਟੋਲ ਸੀ ਵੈਸੇ ਕਿ ਵੀ ਮਤਲਬ ਮੈਨੂੰ ਡਿਪੋਰਟ ਕਰ ਦਿਓ ਵੀ ਆਈ ਡੋਂਟ ਈਵਨ ਵਾਂਟ ਟੂ ਲਿਵ ਹੇਅਰ। ਸੋ ਮਤਲਬ ਮਿਸਗਾਈਡੈਂਸ ਬਹੁਤ ਜ਼ਿਆਦਾ ਹੈਗੀ ਹੈ ਇੱਥੇ, ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਛ ਬੱਚੇ ਯੂ ਨੋ ਦੇ ਡੋਂਟ ਥਿੰਕ ਕਿ ਇਹਦੇ ਲੌਂਗ ਟਰਮ ਕੋਨਸੀਕੁਐਂਸਿਸ ਕੀ ਹੋਣਗੇ ਉਹਨਾਂ ਦੇ ਨਾਲ, ਰਾਈਟ। ਜਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕੋਈ ਗੱਲ ਨਹੀਂ ਤੁਹਾਨੂੰ ਟਰੈਵਲ ਡਾਕੂਮੈਂਟ ਮਿਲ ਜੂਗਾ, ਤੁਸੀਂ ਆਹ ਕੰਟਰੀ ਤੱਕ ਜਾ ਸਕਦੇ ਆ, ਤੁਸੀਂ ਸਾਊਦੀ ਅਰੇਬੀਆ ਜਾ ਸਕਦੇ ਜਾਂ ਤੁਸੀਂ ਆਬੂ ਧਾਬੀ ਜਾ ਕੇ ਆਪਣੀ ਫੈਮਿਲੀਆਂ ਨੂੰ ਮਿਲ ਸਕਦੇ ਆ। ਦਿਸ ਇਜ਼ ਅ ਲੋਟ ਆਫ ਮਿਸਗਾਈਡੈਂਸ ਦੈਟਸ ਗੋਇੰਗ ਔਨ ਹਿਅਰ। ਸੋ ਸਹੀ ਗੱਲ ਹੈ, ਨਹੀਂ ਬਹੁਤ ਬਹੁਤ ਭਿਆਨਕ ਸਿਚੁਏਸ਼ਨ ਹੈ ਜੀ, ਬਹੁਤ ਹੀ ਮਾੜੀ ਹਾਲਤ ਹੈ। ਮਤਲਬ ਪਰ ਮੈਂ ਸੋਚਦੀ ਹਾਂ ਕਿ ਲੋਕਾਂ ਨੂੰ ਕੁਝ ਥੋੜੇ ਪੜ੍ਹੇ ਲਿਖੇ ਲੋਕਾਂ ਨਾਲ ਕੰਸਲਟ ਕਰਨਾ ਚਾਹੀਦਾ, ਇਨਕਲੂਡਿੰਗ ਪੇਰੈਂਟਸ, ਕਿ ਵੀ ਜੇ ਅਸੀਂ ਆਪਣਾ ਜਵਾਨ ਬੱਚਾ ਇੱਥੇ ਭੇਜ ਰਹੇ ਹਾਂ, ਕੱਲ ਨੂੰ ਕਿਸੇ ਵੀ ਮੁਸੀਬਤ 'ਚ ਇੱਥੇ ਆ ਸਕਦਾ ਜਾਂ ਅਸੀਂ ਪਿੱਛੇ ਕਿਸੇ ਵੀ ਮੁਸੀਬਤ 'ਚ ਆ ਸਕਦੇ ਹਾਂ ਆਪਣੇ ਘਰ 'ਚ, ਰਾਈਟ। ਤੇ ਅਸੀਂ ਕਿੱਦਾਂ ਉਹਨੂੰ ਰਿਜ਼ੋਲਵ ਕਰਾਂਗੇ, ਇਹ ਚੀਜ਼ ਕੋਈ ਨਹੀਂ ਸੋਚਦਾ। ਪੱਕੇ ਹੋਣਾ ਇੱਕ ਅਲਟੀਮੇਟ ਗੋਲ ਨਹੀਂ ਹੋਣਾ ਚਾਹੀਦਾ, ਮੈਂ ਸੋਚਦੀ ਹਾਂ ਕਿਸੇ ਵਾਸਤੇ। ਹਾਂ, ਕੋਈ ਜ਼ਿੰਦਗੀ ਦਾ ਜ਼ਿੰਦਗੀ 'ਚ ਧਰਤੀ 'ਤੇ ਬੰਦਾ ਇਸੇ ਥੋੜ੍ਹਾ ਇਸ ਕਰਕੇ ਥੋੜ੍ਹਾ ਜਨਮ ਲੈਂਦਾ, ਉਹਨੇ ਸਿਰਫ ਕੈਨੇਡਾ ਹੀ ਪਹੁੰਚਣਾ ਲਾਈਫ 'ਚ, ਹੋਰ ਵੀ ਬੜੇ ਬੜਾ ਕੁਛ ਆ ਲਾਈਫ 'ਚ। ਜਿਨ੍ਹਾਂ ਨੂੰ ਬਹੁਤ ਸੱਚੀ ਹੋਇਆ ਹੈ, ਹੁਣ ਤੁਸੀਂ ਸੋਚੋ ਕਿ ਫਾਰਮਰ ਪ੍ਰੋਟੈਸਟ ਤੋਂ ਬਾਅਦ ਮੈਂ ਆ ਪੰਜਾਬ ਤੋਂ ਹਾਂ, ਮੈਂ ਦੇਖਿਆ ਕਈਆਂ ਨੂੰ ਬਹੁਤ ਸਰਕਾਰ ਵੱਲੋਂ ਐਕਸਪਲੋਇਟ ਕੀਤਾ ਗਿਆ, ਕਈਆਂ ਨਾਲ ਹਜੇ ਵੀ ਹੋ ਰਿਹਾ ਉੱਥੇ ਜਿਨ੍ਹਾਂ ਨੇ ਫਾਰਮਰ ਪ੍ਰੋਟੈਸਟ ਵਿੱਚ ਯੂ ਨੋ। ਜੇ ਕੋਈ ਜੈਨੂਇਨ ਕੇਸ ਹੈ ਉਹਦੀ ਤਾਂ ਚਲੋ ਉਹਦਾ ਕੇਸ ਵੈਸੇ ਵੀ ਇੱਥੇ ਸੁਣਿਆ ਜਾਏਗਾ, ਜੇ ਪਰ ਐਵੇਂ ਤੁਸੀਂ ਕਹਾਣੀ ਬਣਾਤੀ ਫਿਰ ਤਾਂ ਫਸੋਗੇ ਨਾ।
ਹਾਂਜੀ ਹਾਂਜੀ, ਔਰ ਕਹਾਣੀ ਬਣਾਉਣ ਲਈ ਉਹਨਾਂ ਕੋਲ ਬੜੇ ਉਹ ਕਹਿ ਦਿੰਦੇ ਬੰਦੇ ਹੈਗੇ ਜੀ, ਅਸੀਂ ਆਹ ਰਿਪੋਰਟ ਬਣਾ ਦਾਂਗੇ, ਆਹ ਚਾਚਾ ਬਣਾ ਦਾਂਗੇ, ਆਹ ਤਾਇਆ ਬਣਾ ਦਾਂਗੇ, ਆਈ ਹੈਵ ਸੀਨ ਇਟ ਐਂਡ ਆਈ ਹੈਵ ਹਰਡ ਇਟ ਐਂਡ ਆਈ ਵਰਕ ਐਟ ਦੀ ਏਅਰਪੋਰਟ ਐਵਰੀ ਸਿੰਗਲ ਡੇ ਐਂਡ ਇਟ ਸ਼ੌਕਸ ਮੀ ਟੂ ਯੂ ਨੋ, ਮਤਲਬ ਇਟ ਸ਼ੌਕਸ ਮੀ ਟੂ ਦ ਕੋਰ ਕਿ ਮਤਲਬ ਲੋਕੀ ਇੰਨਾ ਕੁ ਕਿੱਥੇ ਡਿੱਗ ਸਕਦੇ ਨੇ ਕਿ ਸਿਰਫ ਉਹਨਾਂ ਨੇ $15,000 ਇੱਕ ਬੰਦੇ ਤੋਂ ਬਣਾਉਣਾ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕਾਲ ਕੀਤਾ। ਅਤੇ ਅੱਗੇ ਨੇ ਜੀ ਸਾਡੇ ਨਾਲ ਮਿਰਜ਼ਾ ਅਹਿਮਦ। ਹਾਂਜੀ ਮਿਰਜ਼ਾ ਜੀ, ਕਰੋ ਗੱਲ ਤੁਸੀਂ। ਗੁੱਡ ਮਾਰਨਿੰਗ ਸਿੰਘ ਜੀ। ਗੁੱਡ ਮਾਰਨਿੰਗ। ਅੱਛਾ, ਇੱਕ ਤਾਂ ਇਹ ਕਿ ਮੇਰੀ ਸਟਰੋਂਗਲੀ ਐਡਵਾਈਜ਼ ਹੈ ਕਿ ਬੰਦੇ ਨੇ ਈਵਨ ਕਿ ਸਿਟੀਜ਼ਨਸ਼ਿਪ ਹੋ ਜਾਏ ਫੋਰਨ ਨਹੀਂ ਜਾਣਾ ਚਾਹੀਦਾ। ਮੇਰੇ ਭਾਈ ਨੇ, ਉਹਨਾਂ ਦਾ ਜੈਨੂਅਨ ਕੇਸ ਸੀ, ਉਹਨਾਂ ਦਾ ਕੇਸ ਕਲੀਅਰ ਹੋ ਗਿਆ, ਉਹਨੂੰ ਸਿਟੀਜ਼ਨ ਪੀਆਰ ਮਿਲ ਗਈ, ਉਹਨਾਂ ਨੂੰ ਸਿਟੀਜ਼ਨਸ਼ਿਪ ਅਪਲਾਈ ਕਰਕੇ ਉਹ ਪਾਕਿਸਤਾਨ ਚਲੇ ਗਏ। ਅੱਛਾ, ਕੋਵਿਡ ਚ ਫਸ ਗਏ। ਜਿੰਨੀਆਂ ਦਵਾਵਾਂ ਨੇ ਉਸ ਦਿਨ ਕਰ ਦਿੱਤੀਆਂ ਨਾ, ਸ਼ਾਇਦ ਪਿੱਛੇ ਸਾਰੀ ਜ਼ਿੰਦਗੀ ਨਹੀਂ ਕੀਤੀਆਂ। ਉਹ ਕਹਿ ਰਹੇ ਸੀ ਕਿ ਬਸ ਮੈਂ ਹਾਂਜੀ ਰਿਪੋਰਟ ਕਰ ਰਹੇ, ਉਹਨਾਂ ਨੇ ਫਾਈਨਲ ਕਰ ਦਿੱਤਾ ਕਿ ਤੁਹਾਨੂੰ ਵਾਪਸ ਭੇਜਣੀ ਕਿਉਂਕਿ ਤੁਹਾਨੂੰ ਉੱਥੇ ਤੇ ਪ੍ਰੋਬਲਮ ਆ, ਤੁਸੀਂ ਗਏ ਕਿਉਂ? ਫਿਰ ਦਿੱਤਾ ਸਰਟੀਫਿਕੇਸ਼ਨ, ਕਿਆ ਤੁਹਾਡਾ ਅਜ਼ੀਜ਼ ਫੌਤ ਹੋ ਗਿਆ ਸੀ, ਇਹ ਉਹ ਸਾਰਾ ਕੁਛ ਨਹੀਂ ਸੀ ਮੰਨਦੇ। ਉਹਨਾਂ ਨੇ ਤਕਰੀਬਨ ਉਹਨਾਂ ਨੂੰ ਕੋਈ 3 ਘੰਟੇ ਤੋਂ 4 ਘੰਟੇ ਏਅਰਪੋਰਟ ਤੇ ਬਿਠਾਈ ਰੱਖੀ। ਫਿਰ ਸੈਕਿੰਡ ਉਹਨਾਂ ਨੁਕਸਾਨ ਇਹ ਹੋਇਆ, ਹਾਲਾਂਕਿ ਸਿਟੀਜ਼ਨਸ਼ਿਪ ਅਪਲਾਈ ਕਰਕੇ ਗਏ ਸੀ, ਫਿਰ ਖੈਰ ਉਹਨਾਂ ਨੇ ਬਹੁਤ ਰਿਕੁਐਸਟ ਬਹੁਤ ਕੁਛ ਕੀਤਾ, ਉਹਨਾਂ ਨੇ ਫਿਰ ਖੈਰ ਉਹਨਾਂ ਨੂੰ ਪੀਐਸਐਨ ਏਅਰਪੋਰਟ ਤੋਂ ਰਿਲੀਜ਼ ਤੇ ਕਰ ਦਿੱਤਾ। ਲੇਕਿਨ ਉਹਨਾਂ ਨੂੰ ਫਿਰ ਸਿਟੀਜ਼ਨਸ਼ਿਪ ਮਿਲੀ ਤਕਰੀਬਨ 2.5 ਸਾਲ ਬਾਅਦ, ਜਿਹੜੀ ਕਿ ਉਹਨਾਂ ਦੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਉਹਨਾਂ ਨੂੰ ਕੋਈ 2-4-6 ਮਹੀਨੇ ਚ ਮਿਲ ਜਾਣੀ, ਉਹਨਾਂ ਨੂੰ ਕੋਈ ਤਕਰੀਬਨ 2.5 ਸਾਲ ਬਾਅਦ ਸਿਟੀਜ਼ਨਸ਼ਿਪ। ਇਸ ਵਾਸਤੇ ਜਦੋਂ ਸਿਟੀਜ਼ਨਸ਼ਿਪ ਮਿਲ ਜੇ, ਈਵਨ ਫੋਰਨ ਵੀ ਨਹੀਂ ਜਾਣਾ ਚਾਹੀਦਾ, ਫਿਰ ਵੀ ਤੁਹਾਨੂੰ ਵਾਪਸੀ ਦੇ ਪੁੱਛ ਲੈਂਦੇ ਨੇ ਕਿ ਤੈਨੂੰ ਪ੍ਰੋਬਲਮ ਸੀ, ਜਿਸ ਤਰ੍ਹਾਂ ਤੈਨੂੰ ਪਾਸਪੋਰਟ ਮਿਲਿਆ। ਦੇਖੋ ਵੈਸੇ ਵੀ ਫੇਅਰ ਗੱਲ ਤੇ ਇਹੀ ਹੈ, ਜੇ ਤੁਸੀਂ ਇਹ ਪਹਿਲਾਂ ਕਿਹਾ ਕਿ ਮੈਨੂੰ ਉੱਥੇ ਖਤਰਾ, ਥੈਂਕ ਯੂ ਮਿਰਜ਼ਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ, ਤੁਸੀਂ ਕਾਲ ਕੀਤਾ। ਤੇ ਅੱਗੇ ਨੇ ਅਮਨ। ਗੁੱਡ ਮਾਰਨਿੰਗ ਸੁਨੀਲ ਜੀ। ਗੁੱਡ ਮਾਰਨਿੰਗ ਜੀ। ਹਾਂਜੀ ਸਰ ਜੀ, ਮੈਂ ਆਪਣੇ ਇੱਕ ਫਰੈਂਡ ਦਾ ਕਿੱਸਾ ਸੁਣਾ ਰਿਹਾ ਤੁਹਾਨੂੰ। ਮੇਰਾ ਫਰੈਂਡ ਇੰਡੀਆ ਤੋਂ ਆਇਆ, ਉਹਨੇ ਏਅਰਪੋਰਟ ਤੇ ਕੁਛ ਹੋਰ ਕਹਿਤਾ ਤੇ ਇੱਕ ਏਜੰਟ ਨੇ ਉਹਦੀ ਸਟੋਰੀ ਕੁਛ ਹੋਰ ਲਿਖ ਦਿੱਤੀ। ਅੱਜ ਉਹਨੂੰ 6 ਸਾਲ ਹੋ ਗਿਆ ਕੈਨੇਡਾ ਆਏ ਨੂੰ, ਬਟ ਉਹਦੀ ਸਾਰੀਆਂ ਰਿਫਿਊਜ਼ਲ ਲੱਗ ਗਈਆਂ, ਹੁਣ ਉਹਨੂੰ ਡੈਪੋਟੇਸ਼ਨ ਲੱਗ ਗਈ, ਤੇ ਲਾਸਟ ਮੰਥ ਉਹਦਾ ਲਾਇਰ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪਰਾ ਐਪਲੀਕੇਸ਼ਨ ਲਵਾ ਦਿੰਦਾ ਤੇ ਤੁਸੀਂ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ। ਸਰ ਜੀ, 10 ਦਿਨ ਦੇ ਵਿੱਚ ਉਹ $17,000 ਲੈ ਗਿਆ, ਤੇ ਉਹ ਅੱਜ ਉਹ ਬੰਦਾ ਸੋਰੀ ਕਹਿ ਕੇ ਉਹਨੂੰ ਕਹਿੰਦਾ ਵੀ ਤੈਨੂੰ ਹੁਣ ਅੰਡਰਗਰਾਊਂਡ ਹੋ ਕੇ ਰਹਿਣਾ ਪੈਣਾ। ਦੱਸੋ ਸਰ, ਮੈਨੂੰ ਇਹ ਸਮਝ ਲਾ ਦਿਓ, $17,000 10 ਦਿਨ 'ਚ ਲੈ ਗਿਆ, ਉਹਨੇ 6 ਸਾਲ 'ਚ ਨਹੀਂ ਇੰਨੇ ਪੈਸੇ ਲਾਏ ਸੀ, ਤੇ ਹੁਣ ਉਹਨੂੰ ਲਾਰਾ ਲਾਇਆ ਵੀ ਤੂੰ 3 ਮਹੀਨੇ ਬਾਅਦ ਵਾਪਸ ਆ ਜਾਈ, ਤੇਰੇ ਵਾਰੰਟ ਅਸੀਂ ਕੈਂਸਲ ਕਰਾਵਾਂਗੇ, ਤੈਨੂੰ ਪਰਾ ਲਵਾਵਾਂਗੇ। ਮੈਨੂੰ ਸਮਝ ਨਹੀਂ ਲੱਗਦੀ ਸਰ, ਉਹ ਬੰਦੇ ਕੀ ਲੋਲੀਪੋਪ ਦੇ ਦਿੰਦੇ ਆ ਕਿ ਬੰਦੇ ਇੱਥੇ ਰਹਿਣ ਨੂੰ ਮਜਬੂਰ ਹੋ ਜਾਂਦੇ ਆ। ਪਤਾ ਨਹੀਂ ਜੀ, ਕੁਛ ਸਾਡੇ ਲੋਕਾਂ ਦੀਆਂ ਪ੍ਰੋਬਲਮਸ ਨੇ, ਉੱਤੋਂ ਫਿਰ ਆਹ ਜਿਹੜੇ ਚੋਰ ਜਮਾਤ ਹੈ ਜਿਹੜੇ ਇਹ ਕੰਸਲਟੈਂਟ ਨੇ, ਇਹਨਾਂ ਪ੍ਰਤੀ ਤਾਂ ਕੋਈ ਰਹਿਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇੰਨੇ ਮਤਲਬ ਮਰੀ ਹੋਈ ਆਤਮਾ ਵਾਲੇ ਲੋਕ ਨੇ। ਇੰਡੀਆ ਨੀ ਜਾ ਸਕਦਾ, ਨਹੀਂ ਨੇਪਾਲ ਵੱਲ ਦੀ ਜਾ ਸਕਦੇ ਆਪਾਂ।
ਬਹੁਤ ਕਹਾਣੀਆਂ ਬਣੀਆਂ ਹੋਈਆਂ ਸਰ। ਥੈਂਕ ਯੂ ਅਮਨ ਜੀ, ਬਹੁਤ ਬਹੁਤ ਸ਼ੁਕਰੀਆ। ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਮੈਨੂੰ ਲੱਗਦਾ ਕਿ ਇਹਦੇ ਬਾਰੇ ਫਿਰ ਦੁਬਾਰਾ ਕਿਸੇ ਵੇਲੇ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਇੰਪੋਰਟੈਂਟ ਟੋਪਿਕ ਹੈ। ਅਤੇ ਪਰ ਹੁਣ ਹੋਰ ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਜਿਨ੍ਹਾਂ ਦੀ ਗੱਲਬਾਤ ਰਹਿ ਗਈ, ਟੈਕਸਟ ਮੈਸੇਜਸ ਵੀ ਅਤੇ ਕਾਲ ਵੀ, ਉਹਨਾਂ ਤੋਂ ਮੈਂ ਮਾਫ਼ੀ ਚਾਹਾਂਗਾ।